ਡਾਕਟਰ ਵਣਜਾਰਾ ਬੇਦੀ ਦੀ ਪੁਸਤਕ ਮੇਰਾ ਨਾਨਕਾ ਪਿੰਡ ਦਾ ਅਗਲਾ ਅੰਗ ਹੈ ਅਗਲਾ ਜਹਾਨ। ਮੇਰੇ ਨਾਨਕੇ ਪਿੰਡ ਦੇ ਸਾਰੇ ਲੋਕ ਭਾਵੇਂ ਉਹ ਕਿਸੇ ਵੀ ਦੀਨ ਧਰਮ ਦੇ ਨੇ ਅਗਲੇ ਜਹਾਨ 'ਚ ਪੂਰਾ ਵਿਸ਼ਵਾਸ ਰੱਖਦੇ ਨੇ। ਬੇਸ਼ੱਕ ਹਿੰਦੂਆਂ ਸਿੱਖਾਂ ਦੀਆਂ ਮਾਨਤਾਵਾਂ ਵੱਖਰੇ ਸੰਸਕ੍ਰਿਤਿਕ ਪਸਾਰ 'ਚ ਉਪਜੀਆਂ ਹੋਣ ਕਰਕੇ ਮੁਸਲਮਾਨਾਂ ਨਾਲ ਵੱਡਰੀਆਂ ਨੇ, ਪਰ ਪਿੰਡ 'ਚ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਮਰਨ ਉਪਰੰਤ ਰੂਹ ਦੀ ਰਹੱਸਮਈ ਜ਼ਿੰਦਗੀ 'ਚ ਵਿਸ਼ਵਾਸ ਨਾ ਰੱਖਦਾ ਹੋਵੇ। ਇਸ ਵਾਸਤੇ ਜਦੋਂ ਕੋਈ ਸ਼ਖਸ ਕਿਸੇ ਨਾਲ ਜ਼ਿਆਦਤੀ ਕਰਦਾ ਤਾਂ ਪਿੰਡ ਦਾ ਮੁਸਲਮਾਨ ਕਹਿੰਦਾ, ਅਗਲੇ ਜਹਾਨ ਅੱਲਾ ਕੀ ਕੇ ਜਵਾਬ ਦੇ ਸੈਂ। ਅਤੇ ਪਿੰਡ ਦਾ ਜ਼ਿਮੀਂਦਾਰ ਜਦੋਂ ਕਿਸੇ ਕੰਮੀ ਕਮੀਣ ਦਾ ਜੋਕ ਵਾਂਗ ਲਹੂ ਚੂਸਦਾ ਤਾਂ ਉਹਨੂੰ ਹਿੰਦੂ ਸਮਝਾਉਂਦਾ, ਇਹਨਾਂ ਕੁਕਰਮਾਂ ਨੇ ਫਲ ਅੱਗੇ ਜਾ ਕੇ ਭੋਗਣੇ ਪੈਸਣ। ਅਤੇ ਜਿਵੇਂ ਦੁਨੀਆ ਕਰਮਾਂ ਸੰਦੜਾ ਖੇਤ ਹੋਵੇ ਜਿਸ 'ਚ ਹਰ ਚੰਗੀ ਮੰਦੀ ਕਰਨੀ ਦਾ ਫਲ ਆਨੰਦ ਜਾਂ ਤਸੀਆਂ ਦੇ ਰੂਪ 'ਚ ਅੱਗੇ ਕਿਸੇ ਹੋਰ ਦੁਨੀਆ 'ਚ ਵੱਢਣਾ ਹੋਵੇ। ਪਿੰਡ ਦੇ ਲੋਕ ਇਸ ਸੰਸਾਰ ਨੂੰ ਪਰਛਾਵੇਂ ਵਾਂਗ ਮੰਨਦੇ ਹਨ। ਨਕਲੀ ਝੂਠਾ ਨਿਰਾ ਮਾਇਆ ਦਾ ਪਸਾਰਾ, ਕੋਈ ਇਹਨੂੰ ਛਿੰਨ ਭੰਗਰੀ ਕਹਿ ਲੈਂਦਾ, ਕੋਈ ਫਾਨੀ, ਕੋਈ ਛਲਾਵਾ, ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਲਗਭਗ ਹਰ ਸ਼ਖਸ ਭਾਵੇਂ ਉਹ ਕਿਸੇ ਵੀ ਦੀਨ ਧਰਮ ਦਾ ਪੈਰੋਕਾਰ ਹੈ, ਇਸ ਦੁਨੀਆ ਦੇ ਸੁੱਖ ਭੋਗਾਂ ਦੇ ਸਮਾਨ ਇਕੱਠਾ ਕਰਨ ਵਿੱਚ ਦਿਨ ਰਾਤ ਜੁਟਿਆ ਰਹਿੰਦਾ। ਲੋਕ ਉੱਠਦੇ ਬੈਠਦੇ ਅਗਲੇ ਜਹਾਨ ਦੀਆਂ ਗੱਲਾਂ ਇਉਂ ਕਰਦੇ ਨੇ ਜਿਵੇਂ ਕੋਈ ਕਿਸੇ ਨਦੀ ਤੋਂ ਪਾਰਲੇ ਪਿੰਡ ਦੀ ਗੱਲ ਕਰ ਰਿਹਾ ਹੋਵੇ। ਇੱਕੋ ਦੁੱਕੇ ਬੰਦੇ ਅਜਿਹੇ ਵੀ ਮਿਲ ਜਾਂਦੇ ਨੇ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਜਿਉਂਦਿਆਂ ਹੀ ਅਗਲੇ ਜਹਾਨ ਤੋਂ ਹੋ ਆਏ ਹਨ। ਉਹ ਅਗਲੇ ਜਹਾਨ ਦੀਆਂ ਗੱਲਾਂ ਉਹ ਪਚਾਕੇ ਮਾਰ ਮਾਰ ਕੇ ਸੁਣਾਉਂਦੇ ਨੇ ਜਿਵੇਂ ਨਾਨਕੇ ਘਰ ਗਏ ਹੋ। ਪਿੰਡ 'ਚ ਇੱਕ ਤੀਵੀਂ ਲੱਭੋ ਏ ਜਿਹੜੀ ਕਹਿੰਦੀ ਹੈ ਕਿ ਉਹ ਅਗਲੇ ਜਹਾਨ ਨੂੰ ਅੱਖੀ ਵੇਖ ਆਈ ਏ। ਉਹ ਆਪਣੇ ਦੈਵੀ ਸਫ਼ਰ ਦੀਆਂ ਗੱਲਾਂ ਮਿਰਚ ਮਸਾਲਾ ਧੂੜ ਕੇ ਬੜੇ ਸਵਾਦ ਨਾਲ ਸੁਣਾਉਂਦੀ ਹੈ। ਉਹ ਮਾਣ ਨਾਲ ਕਿਹਾ ਕਰਦੀ ਏ, ਅਗਲਾ ਜਹਾਨ ਤਾਂ ਮੈਂਡਾ ਡਿੱਠਾ ਭਾਖਿਆ ਹੋਇਆ, ਮੈਂ 18 ਕੁ ਵਰਿਆਂ ਨੀ ਸਾਂ ਅਤੇ ਇੱਕ ਦਿਹਾੜੇ ਮੈਂ ਰੋਟੀ ਟੁੱਕਰ ਖਾ ਕੇ ਚੰਗੀ ਭਲੀ ਸੁੱਤੀ। ਅੱਧੀ ਰਾਤੀ ਮੈਂਡੇ ਪੇਟੇ 'ਚ ਜ਼ੋਰਾਂ ਨਾਲ ਸੂਲ ਉੱਠਿਆ, ਸਾਰੇ ਦਾਰੂ ਦਰਮਲ ਕੀਤੇ ਪਰ ਬੇਫਾਇਦਾ, ਮੈਂ ਪ੍ਰਾਣ ਤਿਆਗ ਦਿੱਤੇ ਅਤੇ ਮੈਨੂੰ ਦੋ ਜਮਦੂਤ ਲੈਣ ਵਾਸਤੇ ਆ ਧਮਕੇ। ਉਹਨਾਂ ਦੇ ਸਿਰਾਂ 'ਤੇ ਲੰਮੇ ਲੰਮੇ ਡਿੰਗ ਫੜਿੰਗੇ ਸਿੰਘ ਉੱਗੇ ਆਏ, ਨਾ ਉਹ ਪਸ਼ੂ ਲੱਗਣੇ ਆਏ ਨਾ ਮਨੁੱਖ, ਬਸ ਕੋਈ ਰਲਵੀਂ ਜਿਹੀ ਜਾਤੀ ਆਈ ਅਤੇ ਉਹ ਨਾ ਮਹਿੰਡੇ ਜਿਸਮ ਵਿੱਚੋਂ ਇਉਂ ਪ੍ਰਾਣ ਖਿੱਚ ਲਏ ਜਿਵੇਂ ਕੋਈ ਪੈਰਾਂ ਵਿੱਚ ਪੁੜਿਆ ਕੰਡਾ ਕੱਢਣਾ। ਹਾਏ ਹਾ ਨਹੀਂ ਚਾਚੀ, ਦਰਦ ਨਹੀਂ ਹੋਇਆ ਡੁੱਟੂੰਗੀ, ਕੋਈ ਬੱਚਾ ਪੁੱਛ ਲੈਂਦਾ। ਮਹਿੰਗੀ ਤਾਂ ਇਉਂ ਲੱਗਾ ਜਿਵੇਂ ਕਿਸੇ ਮਹਿੰਡੇ ਜਿਸਮ ਜਾਂ ਨਪੀੜ ਕੇ ਵਿੱਚੋਂ ਸੱਤ 'ਚੋਂ ਘਿੱਤਾ ਹੋਵੇ। ਲੱਭੋ ਨੂੰ ਆਪਣੀ ਮੌਤ ਦੇ ਅਨੁਭਵ ਸੁਣਾਉਣ 'ਚ ਬੜਾ ਆਨੰਦ ਮਿਲਦਾ। ਫਿਰ ਮਹਿੰਗੀ ਜਮਦੂਤ ਆਪਣੇ ਖੰਭਾਂ 'ਤੇ ਉਡਾ ਕੇ ਦੂਰ ਦੁਰਾਡੇ ਕਿਸੇ ਹੋਰ ਜਾਨ ਵੱਲ ਤੁਰ ਪਏ। ਅਤੇ ਰਾਹ 'ਚ ਕਈ ਨਦੀਆਂ ਆਈਆਂ, ਲਹੂ ਨੇ ਭਰੇ ਦਰਿਆ ਆਏ, ਝੱਖੜ ਹਨੇਰੀ ਦੇ ਬਲੂਣੇ, ਪਰ ਉਹ ਮੈਨੂੰ ਲੰਘਾ ਕੇ ਲਿਜਾਂਦੇ ਰਹੇ। ਅਤੇ ਜਦੋਂ ਮੈਂ ਇੱਥੋਂ ਤੁਰਿਆ ਨਾ ਜਾਂਦਾ ਉਹ ਮੈਨੂੰ ਧਰੂਕਣ ਲੱਗਣੇ, ਕਿਧਰੇ ਤਪਨੇ ਲੂਹਣੇ ਥਲ, ਮਹਿੰਡੀ ਰੂਹ ਝੁਲਸ ਝੁਲਸ ਜਾਣੀ ਅਤੇ ਕਿਧਰੇ ਬਰਫੀਲੀ ਠੰਡ, ਰੂਹ ਮਹਿੰਡੀ ਜਿਵੇਂ ਕੱਕਰ ਹੋ ਗਈ ਹੋਵੇ। ਅਤੇ ਅਖੀਰ ਮੈਂ ਅਗਲੇ ਜਾਨ ਪੁੱਜੀ, ਉੱਥੇ ਇੱਕ ਚਿੱਟ ਦਾੜੀਆ ਬਜ਼ੁਰਗ ਵਹੀਆਂ ਖਾਤੇ ਖੋਲ੍ਹੀ ਬੈਠਾ ਆ ਅਤੇ ਚਿਹਰਾ ਸ਼ਾਂਤ ਅਤੇ ਗੰਭੀਰ, ਮੁਸਕਰਾਉਂਦਾ, ਉਹ ਆ ਧਰਮ ਰਾਜ ਆ। ਅਤੇ ਜਦੋਂ ਮਹਿੰਗੀ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਤਾਂ ਮੈਂਡਾ ਖਾਤਾ ਤੱਕੀ ਕੇ ਉਹ ਘਬਰਾ ਗਿਆ। ਮੈਂਡਾ ਨਾਂ ਅਤੇ ਪਿੰਡ ਤਾਂ ਠੀਕ ਹੈ ਏ, ਪਰ ਉਮਰ ਅਤੇ ਹੋਰ ਹਵਾਲੇ ਨਹੀਂ ਸੀ ਮੇਲਖਾਨੇ। ਅਤੇ ਇਸੇ ਧਰਮ ਰਾਜ ਜਮਦੂਤਾਂ ਕੇ ਆਖਣ ਲੱਗਾ, ਹੇ ਕੇ ਹਨੇਰ ਘਰੀ ਛੋੜਿਆ ਜੇ, ਇਸ ਜਾਤਕੜੀਆਂ ਹੁਣ ਵਾਪਸ ਛੋੜਾਓ ਅਤੇ ਕਿਧਰੇ ਇਹਦੀ ਦੇਹ ਦਾ ਸੰਸਕਾਰ ਨਾ ਹੋ ਵੰਜੇ, ਅਤੇ ਜੇ ਹੋਈ ਗਿਆ ਤਾਂ ਨਰਥ ਹੋ ਵੰਜ ਸੀ। ਅਤੇ ਫਿਰ ਧਰਮ ਰਾਜ ਨੇ ਜਮਾਂ ਨੂੰ ਸਮਝਾਇਆ, ਇਸ ਸਾਂ ਵਾਪਸ ਛੋੜ ਕੇ ਪਿੰਡ ਦੇ ਦੂਜੇ ਸਿਰੇ 'ਤੇ ਵਸਨੀ ਲੁਹਾਰਾ ਨਹੀਂ ਲੱਭੋ ਕਿ ਘਿਣ ਲਿਆ ਘਿੰਨਾ ਹੋ। ਅਤੇ ਉਸੇ ਵੇਲੇ ਜਮਦੂਤ ਮਹਿੰਗੀ ਵਾਪਸ ਪਿੰਡ ਛੋੜ ਗਏ। ਉਦੋਂ ਤੱਕ ਮਹਿੰਡੀ ਦੇਹ ਨੂੰ ਨੁਹਾ ਧੁਆ ਕੇ ਅਰਥੀ 'ਤੇ ਪਾਈ ਸ਼ਮਸ਼ਾਨ ਵੱਲ ਲਿਜਾ ਰਹੇ ਆਏ ਅਤੇ ਮਹਿੰਡੀ ਮੁਰਦਾ ਦੇਈ ਮੁੜ ਸੁਰਜੀਤ ਹੋ ਗਈ। ਮੈਂ ਅੱਖਾਂ ਮਲਦੀ ਹਾਂ ਉੱਠ ਬੈਠੀ ਜਿਵੇਂ ਸੁਪਨੇ 'ਚ ਜਾਗੀ ਹੋਵਾਂ ਅਤੇ ਲੋਕ ਅਰਥੀ ਉੱਥੇ ਹੀ ਛੋੜ ਜਿੱਧਰ ਮੂੰਹ ਆਇਆ ਨੱਠ ਪਏ। ਅਤੇ ਉਹਨਾਂ ਮੈਨੂੰ ਲੱਭੋ ਦਾ ਪ੍ਰੇਤ ਸਮਝਿਆ ਅਤੇ ਮੈਂ ਲੋਕਾਂ ਕੀ ਵਾਜਾਂ ਮਾਰੀਆਂ ਅਤੇ ਗੱਲ ਸਮਝਾਈ ਮਹਿੰਡੀਆਂ ਗੱਲਾਂ ਨੀ ਤਸਦੀਕਾਂ ਵਾਸਤੇ ਕੁਝ ਲੋਕ ਉਸੇ ਵੇਲੇ ਲੁਹਾਰਾਂ ਨੀਆਂ ਠੱਠੀਆਂ ਵੱਲ ਦੌੜੇ ਅਤੇ ਉੱਥੇ ਇੱਕ ਬੁੱਢੀ ਲੱਭੋ ਨਹੀਂ ਸੱਚਮੁੱਚ ਮੌਤ ਹੋ ਗਈ ਹੈ ਇਹ। ਉਦੋਂ ਤੋਂ ਲੋਕ ਲੱਭੋ ਤੋਂ ਪਰਲੋਕ ਬਾਰੇ ਗੱਲਾਂ ਪੁੱਛਦੇ ਰਹਿੰਦੇ ਅਤੇ ਜਿਨ੍ਹਾਂ ਦਾ ਉੱਤਰ ਲੱਭੋ ਆਪਣੀ ਸਿਮਰਤੀ ਤੋਂ ਇਲਾਵਾ ਆਪਣੀ ਸੋਚ ਅਤੇ ਕਲਪਨਾ ਦੇ ਆਸਰੇ ਵੀ ਦਿੰਦੀ ਸੀ। ਜੋ ਗੱਲ ਮੂੰਹ 'ਚ ਆਉਂਦੀ ਕਹਿ ਦਿੰਦੀ, ਕਈ ਗੱਲਾਂ ਜੋ ਉਸ ਮਨੋ ਜੋੜ ਕੇ ਕਹੀਆਂ ਸਨ ਬਾਰ ਬਾਰ ਦੁਹਰਾਉਣ ਕਰਕੇ ਹੁਣ ਉਹਨੂੰ ਸੱਚੀਆਂ ਜਾਪਣ ਲੱਗੀਆਂ। ਲੱਭੋ ਦੀਆਂ ਗੱਲਾਂ ਨਾਲ ਇੱਕ ਨਵਾਂ ਪਰਲੋਕ ਸਿਰਜਿਆ ਜਾ ਰਿਹਾ ਸੀ। ਕੋਈ ਤੀਵੀਂ ਉੱਥੋਂ ਪੁੱਛਦੀ, ਨਹੀਂ ਭੈਣੇ ਤੂੰ ਸਵਰਗ ਵੀ ਡਿੱਠਾ ਆ? ਤਾਂ ਲੱਭੋ ਮਨੋ ਹੀ ਜੋੜ ਕੇ ਕਹਿ ਦਿੰਦੀ, ਇੱਕ ਬਹੁਤ ਸੋਹਣੀ ਜਾ ਡਿੱਠੀ ਆਈ,
ਬੜੇ ਪਿਆਰੇ ਪਿਆਰੇ ਦਰਖਤਾਂ ਨਾਲ ਸੁੱਚੇ ਮੋਤੀ ਅਤੇ ਹੀਰੇ ਲਟਕ ਰਹੇ ਆ ਇਹ, ਅਤੇ ਪੰਛੀ ਐਡੇ ਸੋਹਣੇ ਜਿਵੇਂ ਰੰਗ ਬਿਰੰਗੇ ਮਖਮਲਾਂ ਦੇ ਨੇ ਬਣਥੇ ਹੋਣ, ਅਤੇ ਚੁੰਝਾਂ ਹੀਰੇ ਜੜੀਆਂ, ਇੱਕ ਦਰਖਤ ਨਾਲ ਅੰਬ ਲੱਗੇ ਡਿੱਠੇ, ਘੜੇ ਜਿੱਡੇ ਵੱਡੇ ਰਸ ਨਾਲ ਲੱਸੂ ਲੱਸੂ ਕਰਦੇ, ਅਤੇ ਇੱਕ ਦਰਿਆ ਵਗਦਾ ਡਿੱਠਾ ਚਿੱਟਾ ਸਫੈਦ ਜਿਵੇਂ ਦੁੱਧਾਂ ਨਾਲ ਭਰਿਆ ਹੋਵੇ। ਪਰੇਡੇ ਇੱਕ ਨਦੀ ਮਾਖਿਓ ਨਹੀਂ ਵਗਣੀ ਆਈ, ਅਤੇ ਲੱਭੋ ਨੂੰ ਜੋ ਜੋ ਚੀਜ਼ਾਂ ਵਸਤਾਂ ਦੇ ਨਜ਼ਾਰੇ ਖੁਦ ਪਸੰਦ ਸੀ, ਉਹਨਾਂ ਸਭਨਾਂ ਨੂੰ ਸਵਰਗ 'ਚ ਗਿਣਾ ਦਿੰਦੀ। ਉਹਦੇ ਆਪਣੇ ਸਵਾਦ, ਆਪਣੇ ਸੁਪਨੇ, ਉਹਦੀਆਂ ਆਪਣੀਆਂ ਭਾਵਨਾਵਾਂ ਅਤੇ ਸੋਚਾਂ ਉਹਦੇ ਦੱਸੇ ਸਵਰਗ ਵਿੱਚ ਸਾਕਾਰ ਹੋ ਜਾਂਦੀਆਂ। ਜ਼ਿੰਦਗੀ 'ਚ ਅਸੀਂ ਜ਼ਰੀ, ਬਾਦਲੇ, ਰੇਸ਼ਮ ਅਤੇ ਮਖਮਲ ਤੋਂ ਸੁੰਦਰ ਅਤੇ ਮੁਲਾਇਮ ਪੁਸ਼ਾਕ ਕਲਪੀ ਨਹੀਂ, ਹੀਰੇ ਮੋਤੀ ਤੋਂ ਵਡਮੁੱਲੀ ਚੀਜ਼ ਸਾਡੀ ਸੋਚ ਤੋਂ ਬਾਹਰ ਹੀ ਹੈ। ਸ਼ਹਿਦ, ਦੁੱਧ ਅਤੇ ਮੱਖਣ ਤੋਂ ਜ਼ਿਆਦਾ ਸਵਾਦਲੀ ਚੀਜ਼ ਵਸਤ ਕਦੇ ਨਹੀਂ ਖਾਧੀ। ਇਸ ਲਈ ਜੇ ਸਵਰਗ 'ਚ ਇਹ ਚੀਜ਼ਾਂ ਬਹੁਤਾਤ 'ਚ ਨਹੀਂ ਮਿਲਦੀਆਂ ਤਾਂ ਉਹ ਸਵਰਗ ਕਾਹਦਾ ਹੋਇਆ। ਕਦੇ ਨਰਕਾਂ ਦੀ ਗੱਲ 'ਚ ਹੋ ਬੈਠਦੀ, ਕੋਈ ਬੱਚਾ ਪੁੱਛਦਾ, ਤਾਈ ਤੁਸੀਂ ਤਾਂ ਅਗਲੇ ਜਹਾਨੀ ਹੋਈ ਆਏ ਹੋ, ਤੁਸਾਂ ਨਰਕ ਡਿੱਠਾ ਹੋ ਸੀ। ਮਤਰੇਈ ਮਾਂ ਮਿੱਘੀ ਹਮੇਸ਼ਾ ਨਰਕਾਂ ਜੋਗਿਆਂ ਨੇ ਗਾਲ ਕੱਢਣੀ ਹੈ, ਨਰਕ ਹੈ ਕਿਹੋ ਜਿਹਾ, ਤਾਂ ਲੱਭੋ ਦਾ ਸਿਰ ਮਾਣ ਨਾਲ ਉੱਚਾ ਉੱਠ ਜਾਂਦਾ। ਪਿੰਡ 'ਚ ਇੱਕੋ ਉਹਾ ਤਾਂ ਸੀ ਜਿਸ ਤੋਂ ਲੋਕ ਅਗਮ ਨਿਗਮ ਦੀਆਂ ਗੱਲਾਂ ਪੁੱਛਦੇ ਸਨ। ਉਹ ਖੰਘੂਰਾ ਮਾਰ ਕੇ ਗਲਾ ਸਾਫ਼ ਕਰਦੀ ਅਤੇ ਦਿਮਾਗ 'ਤੇ ਭਾਰ ਪਾਉਂਦੀ ਹੋਈ ਕਹਿੰਦੀ, ਹੁਣ ਤਾਂ ਕਿਤੇ ਵੀ ਚੇਤੇ ਨਹੀਂ ਰਿਹਾ ਬੱਚਿਆ, ਬਸ ਧੁੰਦਲੀ ਜੀ ਤਸਵੀਰ ਅੱਖਾਂ ਅੱਗੇ ਰਹਿ ਗਈ ਹੈ। ਅਤੇ ਜਦੋਂ ਮਿੰਗੇ ਜਮ ਧਰਮ ਰਾਜੇ ਦੇ ਦਰਬਾਰ ਵੱਲ ਜਾ ਰਹੇ ਆਏ ਤਾਂ ਲੰਘਦਿਆਂ ਰਸਤੇ 'ਚ ਇੱਕ ਪਾਸੇ ਅਗਨੀਆਂ ਲਾਟਾਂ ਵਿਖਾਈ ਦਿੱਤੀਆਂ, ਬੜਾ ਚੀਕ ਚਿਹਾੜਾ ਮਚਿਆ ਆ, ਰੂਹਾਂ ਕੁਰਲਾ ਰਹੀਆਂ ਆਈਆਂ, ਅਤੇ ਜੋ ਕੁਝ ਦੁਖਦਾਈ ਲੱਗਦਾ ਉਹ ਕਹਿ ਦਿੰਦੇ। ਲੱਭੋ ਦੀ ਪਰਲੋਕ ਯਾਤਰਾ ਇੱਕ ਪਖੰਡ ਬਣ ਗਈ ਸੀ, ਇਸ ਲਈ ਕਈ ਤਾਂ ਇਸ ਪਖੰਡ ਨੂੰ ਸਮਝਦੇ ਹੋਏ ਮੁਖਾਲ ਉਡਾਉਣ ਲੱਗ ਪਏ ਸਨ। ਇੱਕ ਵਾਰ ਲੱਭੋ ਅਗਮ ਨਿਗਮ ਦੀਆਂ ਗੱਲਾਂ ਸੁਣ ਰਹੀ ਸੀ ਤਾਂ ਪਿੰਡ ਦੀ ਨਾਇਣ ਗੁਲਾਬੋ ਵੀ ਉੱਥੇ ਬੈਠੀ ਸੀ। ਲੱਭੋ ਆਪਣੀ ਗੱਲ ਮੁਕਾ ਚੁੱਕੀ ਤਾਂ ਗੁਲਾਬੋ ਖਿੜ ਖਿੜ ਕਰਕੇ ਹੱਸਣ ਲੱਗ ਪਈ ਅਤੇ ਹੱਸਦੀ ਗਈ। ਫਿਰ ਕਹਿਣ ਲੱਗੀ, ਤਾਈ ਇੱਕ ਗੱਲ ਪੁੱਛਾਂ, ਜੇ ਬੁਰਾ ਨਾ ਜਾਣੇ ਤਾਂ, ਜਿਸ ਲਈ ਤੂੰ ਮਰ ਕੇ ਅਗਲੇ ਜਹਾਨੇ 'ਚ ਗਈ ਸੈਂ ਤਾਂ ਉੱਥੇ ਤੈਂਡਾ ਜੀ ਗਿਆ ਆਇਆ ਕਿ ਤੈਂਡਾ ਸਰੀਰ? ਨਹੀਂ, ਜੀ ਗਿਆ ਆਇਆ, ਸਰੀਰ ਤਾਂ ਸੜਨੇ ਜੋਗਾ ਇੱਥੇ ਪਿਆ ਰਿਹਾ। ਲੱਭੋ ਨੇਰਾ ਤਾਂ ਖਿੱਝ ਕੇ ਗਿਆ, ਅੱਖਾਂ ਤਾਂ ਤੈਂਡੀਆਂ ਇੱਥੇ ਗਈਆਂ ਤਾਂ ਤੂੰ ਵੇਖਦੀ ਕਿਵੇਂ ਸੈਂ? ਕੰਨ ਤਾਂ ਤੈਂਡੇ ਧਰਤੀ 'ਤੇ ਪਏ ਆਏ ਤਾਂ ਤੂੰ ਧਰਮਰਾਜ ਇੰਨੀਆਂ ਗੱਲਾਂ ਸੁਣ ਕਿਵੇਂ ਲਈਆਂ? ਹਾਂ, ਹੁਣ ਬੋਲਤਾ ਏ, ਗੁਲਾਬੋ ਨੇ ਠੁੱਕ ਦੀ ਗੱਲ ਆਖੀ। ਸਭਨਾਂ ਨੇ ਗੁਲਾਬੋ ਦਾ ਹੁੰਗਾਰਾ ਭਰਿਆ। ਲੱਭੋ ਕੋਲੇ ਦਾ ਕੋਈ ਜਵਾਬ ਨਹੀਂ ਸੀ, ਉਹਦੇ ਬੋਲ ਥਿੜਕਣ ਲੱਗੇ। ਨਹੀਂ, ਪੁਰਾਣਾ ਨੂੰ ਤਾਂ ਸਭ ਕੁਝ ਦਿਸਦਾ ਅਤੇ ਸੁਣਦਾ ਏ। ਅੱਛਾ, ਤੈਂਡੀ ਇਹ ਗੱਲ ਵੀ ਮੰਨ ਕੇ ਦੀ, ਭਲਾ ਤੂੰ ਇਹ ਦੱਸ ਕਿ ਧਰਮ ਰਾਜੇ ਦੀਆਂ ਗੱਲਾਂ ਤੈਂਡੇ ਮਗਜ਼ 'ਚ ਕਿਵੇਂ ਪਈਆਂ? ਉਹ ਕਿਹੜੀ ਬੋਲੀ 'ਚ ਗੱਲਾਂ ਕਰਨਾ ਏ ਆ, ਕਿਸੇ ਹੋਰ ਤੀਵੀਂ ਨੂੰ ਗੱਲ ਸੁੱਝ ਜਾਂਦੀ। ਨਹੀਂ, ਅਸਾਂ ਤਾਂ ਇੱਕੋ ਭਾਖਾ ਸੁਣੀ ਡਿੱਠੀ ਏ, ਉਸ ਹੋਰ ਕਿਹੜੀ ਭਾਖਾ ਬੋਲਣੀ ਆਈ? ਲੱਭੋ ਹਲੀਮੀ ਨਾਲ ਉੱਤਰ ਦਿੰਦੀ, ਫਾਰਸੀ ਬੋਲਣਾ ਏ ਆ ਕਿ ਪੰਜਾਬੀ? ਗੁਲਾਬੋ ਲੱਭੋ ਦਾ ਸਾਰਾ ਹੀਰ ਪਿਆਜ਼ ਨੰਗਾ ਕਰਨ 'ਤੇ ਤੁਲੀ ਹੀ ਸੀ। ਨਹੀਂ, ਉਹਨੇ ਫਾਰਸੀਆਂ ਪੜ੍ਹ ਕੇ ਕੀ ਲੈਣਾ, ਮਗਜ਼ ਖਪਾਣ ਨਹੀਂ, ਉਹਨੂੰ ਕੀ ਲੋੜ ਏ, ਆਪਣੀ ਬੋਲੀ ਕੋਈ ਮਾੜੀ ਏ? ਲੱਭੋ ਕਹਿੰਦੀ। ਇਸ ਤਰ੍ਹਾਂ ਲੱਭੋ ਦੇ ਪਖੰਡ ਦਾ ਭਰਿਆ ਭਾਂਡਾ ਚੁਰਾਹੇ 'ਚ ਭੱਜ ਜਾਂਦਾ। ਅਤੇ ਅਸਲ 'ਚ ਲੱਭੋ ਅਗਲੇ ਜਹਾਨ ਬਾਰੇ ਜੋ ਕੁਝ ਵੀ ਦੱਸਦੀ ਉਹ ਜਾਂ ਤਾਂ ਲੋਕ ਸੱਚ ਸੀ ਅਤੇ ਜਾਂ ਫਿਰ ਉਹਦੀ ਆਪਣੀ ਸੋਚ ਅਤੇ ਕਲਪਨਾ ਦਾ ਫਲ। ਪਿੰਡ ਦੇ ਸਾਰੇ ਲੋਕ ਅਗਲੇ ਜਹਾਨ ਬਾਰੇ ਇਹੋ ਜਿਹੀਆਂ ਹੀ ਗੱਲਾਂ ਸੋਚਦੇ ਅਤੇ ਮੰਨਦੇ ਸਨ, ਪਰ ਲੱਭੋ ਦੇ ਮੂੰਹੋਂ ਸੁਣ ਕੇ ਜ਼ਰਾ ਜ਼ਿਆਦਾ ਤਸੱਲੀ ਹੋ ਜਾਂਦੀ। ਇੱਕ ਤਰ੍ਹਾਂ ਨਾਲ ਉਹਨਾਂ ਦੇ ਆਪਣੇ ਵਿਚਾਰਾਂ ਨੂੰ ਵੀ ਪ੍ਰੌੜਤਾ ਮਿਲ ਜਾਂਦੀ। ਅਤੇ ਗੁਲਾਬੋ ਨੈਣ ਤਾਂ ਮੁਸਲਮਾਨਣੀ ਸੀ ਅਤੇ ਉਹਦੀ ਸੋਚ ਅਤੇ ਧਾਰਨਾਵਾਂ ਲੱਭੋ ਨਾਲ ਮੇਲ ਨਹੀਂ ਸੀ ਖਾਂਦੀਆਂ। ਉਹਦਾ ਪੈਗੰਬਰ ਤਾਂ ਕਹਿ ਗਿਆ ਸੀ ਕਿ ਬੰਦਾ ਮਰਨ ਮਗਰੋਂ ਕਬਰਾਂ 'ਚ ਪਿਆ ਰਹਿੰਦਾ, ਕਿਆਮਤ ਵਾਲੇ ਦਿਨ ਜਦੋਂ ਸ੍ਰਿਸ਼ਟੀ ਨਸ਼ਟ ਹੋ ਜਾਂਦੀ ਹੈ ਤਾਂ ਮੁਰਦੇ ਕਬਰਾਂ 'ਚੋਂ ਉੱਠ ਕੇ ਆਪਣੇ ਕਰਮਾਂ ਦਾ ਹਿਸਾਬ ਦਿੰਦੇ ਨੇ, ਅਤੇ ਅੱਜ ਤੱਕ ਕਿਸੇ ਬੰਦੇ ਨੇ ਅੱਲਾ ਦਾ ਦੀਦਾਰ ਨਹੀਂ ਕੀਤਾ। ਮਿਰਾਜ ਦੀ ਰਾਤ ਹਜ਼ਰਤ ਮੁਹੰਮਦ ਸਾਹਿਬ ਅਗਲੀ ਦੁਨੀਆਂ 'ਚ ਜਾ ਕੇ ਅੱਲਾ ਨੂੰ ਮਿਲੇ ਸੀ। ਅਤੇ ਇਹ ਲੱਭੋ ਹਜ਼ਰਤ ਮੁਹੰਮਦ ਸਾਹਿਬ ਨਾਲ ਬਰ ਮੇਚ ਰਹੀ ਹੈ ਕਿ ਮੈਂ ਅੱਲਾ ਦੇ ਦਰਬਾਰ ਹੋ ਆਈ ਹਾਂ, ਕਿਆਮਤ ਤੋਂ ਪਹਿਲਾਂ ਹੀ ਉੱਥੇ ਕੋਈ ਬੰਦਾ ਫੜਿੱਕ ਨਹੀਂ ਸਕਦਾ, ਅਤੇ ਇਹ ਕਾਫਰ ਉੱਥੇ ਕਿਵੇਂ ਜਾ ਪੁੱਜੀ? ਆਖਿਰ ਮਰ ਕੇ ਪਹੁੰਚਣਾ ਤਾਂ ਸਭਨਾਂ ਨੇ ਅੱਲਾ ਦੇ ਕੋਲ ਹੀ ਹੁੰਦਾ ਹੈ ਨਾ। ਅਤੇ ਗੁਲਾਬੋ ਇੱਕ ਹੋਰ ਸ਼ੋਸ਼ਾ ਛੱਡ ਦਿੰਦੀ, ਤਾਈ ਤੂੰ ਸਾਡੀ ਹਜ਼ਰਤ ਸਾਹਿਬ ਵੀ ਉੱਥੇ ਕਿਧਰੇ ਡਿੱਠੇ ਆਏ? ਨਹੀਂ, ਮੈਂ ਕੀ ਜਾਣਾ ਤੁਹਾਡਾ ਹਜ਼ਰਤ ਕੌਣ ਹੈ, ਅਤੇ ਮੈਂ ਕਿਉਂ ਕਿਸੇ ਮੁਸਲਕੇ ਨੇ ਮੂੰਹ ਲਗਾਉਣਾ ਆ, ਮੈਂ ਡੇਰੂ ਭੇਟ ਨਾ ਜਾਣੀ। ਅਤੇ ਲੱਭੋ ਤਲਖੀ 'ਚ ਆ ਗਈ, ਪਰ ਤੀਵੀਆਂ 'ਚ ਬੈਠੀ ਲਾਜੋ ਜਿਹੜੀ ਸਵੇਰੇ ਨੇਮ ਨਾਲ ਗੁਰਦੁਆਰੇ ਜਾਂਦੀ ਸੀ, ਦਿਹਾੜੀ ਰੋਜ਼ ਇੱਕ ਵਾਰ ਆਪਣੀ ਨੂੰਹ ਨਾਲ ਜਾਂ ਫਿਰ ਕਿਸੇ ਗੁਆਂਢੀ ਨਾਲ ਜੁੱਤੀ ਖੋਸੜਾ ਹੁੰਦੀ ਸੀ, ਅਤੇ ਜਾਂ ਤਾਂ ਉਹ ਖਾਂਦੀ ਰਹਿੰਦੀ ਜਾਂ ਫਿਰ ਤੀਵੀਆਂ 'ਚ ਬੈਠੀ ਗੱਪਾਂ ਚੱਖਦੀ ਲਾਂਦੀ ਚਾਂਦੀ ਰਹਿੰਦੀ। ਉਹ ਚੁੱਪ ਨਾ ਰਹੀ। ਨਹੀਂ ਤਾਈ, ਤੂੰ ਬਾਬੇ ਨਾਨਕ ਨੂੰ ਤਾਂ ਉੱਥੇ ਵੇਖਿਆ ਹੋਣਾ, ਕਿਹੋ ਜਿਹੇ ਲੱਗਦੇ ਆ ਇਹ,
ਕੀ ਬਾਲਾ ਮਰਦਾਨਾ ਵੀ ਨਾਲ ਆਏ ਅਤੇ ਲਾਜੋ ਇਹ ਕਿੰਨੇ ਸਾਰੇ ਸਵਾਲ ਇੱਕੋ ਸਾਹੇ ਪੁੱਛ ਗਈ। ਲੱਭੋ ਆਪਣੇ ਬੁਣੇ ਜਾਲ 'ਚ ਖੁਦ ਹੀ ਬੁਰੀ ਤਰ੍ਹਾਂ ਉਲਝ ਗਈ ਸੀ। ਜਾਨ ਛੁਡਾਉਣ ਵਾਸਤੇ ਲੱਭੋ ਚਰਖੇ ਨੂੰ ਕੱਤਣ ਜੁੱਟ ਜਾਂਦੀ, ਚਰਖੇ ਦੀ ਕੁੱਕਰ 'ਚ ਸਭ ਗੱਲਾਂ ਮੱਧਮ ਪੈ ਕੇ ਗੁਆਚ ਜਾਂਦੀਆਂ, ਆਵਾਜ਼ਾਂ ਇੱਕ ਦੂਜੇ 'ਚ ਖੈਬੜ ਕੇ ਸਾਹ ਸੱਤਹੀਣ ਹੋ ਜਾਂਦੀਆਂ। ਪਿੰਡ ਦੀਆਂ ਬੁੱਢੀਆਂ ਸਰਦੀਆਂ ਦੇ ਦਿਨੀ ਧੁੱਪੇ ਬੈਠ ਕੇ ਚਰਖਾ ਕੱਤਦੀਆਂ ਤਾਂ ਧੀਆਂ ਨੂੰਹਾਂ ਦੀਆਂ ਗੱਲਾਂ 'ਚ ਉਹ ਬਹਿੰਦੀਆਂ, ਪਰ ਕਦੇ ਕਦੇ ਇਹ ਗੱਲਾਂ ਵੀ ਉਹਨਾਂ ਨੂੰ ਸਹਿਜ ਸੁਭਾਅ ਪਰਲੋਕ ਵੱਲ ਲੈ ਤੁਰਦੀਆਂ। ਰਾਮ ਜਵਾਈ ਚਾਚੀ ਲਾਜਵੰਤੀ ਦੀ ਗੱਲ ਛੇੜ ਬੈਠਦੀ, ਜਿਹੜੀ ਧੀ ਦੇ ਘਰੋਂ ਲੁੱਟ ਪੁੱਟ ਕੇ ਆਪਣਾ ਘਰ ਭਰ ਰਹੀ ਸੀ। ਉਹ ਗੱਲ ਇਉਂ ਮੁਕਾਉਂਦੀ, ਮੈਂ ਤਾਂ ਧੀਓ ਨੇ ਘਰੇ ਨਾ ਪਾਣੀ ਤੱਕ ਨਾ ਮੂੰਹ ਲਾਵਾਂ, ਧੀਓ ਨੇ ਘਰੇ ਨਾ ਖਾਧਾ ਅੱਗੇ 32 ਗੁਣਾ ਦੇਣਾ ਪੈਣਾ। 32 ਗੁਣਾ ਕਿਉਂ? ਹਿਸਾਬ ਤਾਂ ਹਿਸਾਬ ਏ ਮਾਊ, ਧੀਓ ਨਾ ਲੇਖਾ ਵੀ ਬਰਾਬਰ ਹੋਣਾ ਚਾਹੀਦਾ। ਵਿੱਚੋਂ ਕੋਈ ਹੋਰ ਬੋਲ ਪੈਂਦੀ, ਬੱਤੀਆਂ ਦੰਦਾਂ ਨਾਲ ਜੇ ਖਾਧਾ ਵਹਿਨਾ, ਹਰੇਕ ਦੰਦ ਨੇ ਆਪਣਾ ਖਾਧਾ ਆਪ ਭੁਗਤਣਾ, ਅਤੇ ਜਿਹੜੀ ਮਾਂ ਵਿਚਾਰੀ ਮੁੜ ਕੇ ਨਾ ਮਰੇ। ਕਹਿੰਦੇ ਨੇ ਉਹਦੀ ਧੀ ਅਗਲੇ ਜਹਾਨ 'ਚ ਮਾਊ ਕੀ ਪੁੱਠਾ ਲਟਕਾਈ ਕੇ ਉਸਨੇ ਮਾਸੇ ਦੀਆਂ ਬੋਟੀਆਂ ਤੇਲ ਨੇ ਕੜਾਹੇ 'ਚ ਤਲ ਕੇ ਖਾਣੀ ਏ, ਪਰ ਬੰਦੇ ਦੀ ਰੂਹ ਨਾਲ ਤਾਂ ਕੁਝ ਵੀ ਨਹੀਂ ਜਾਣਾ। ਅੱਗੇ ਜਾ ਕੇ ਬੰਦਾ ਧੀ ਨਾ ਖਾਧਾ ਕਿਵੇਂ ਅਤੇ ਕਿੱਥੋਂ ਮੋੜੇ, ਪਰ ਕਰਮ ਤਾਂ ਨਾਲ ਹੀ ਜਾਂਦੇ ਨੇ, ਉਹਦਾ ਫਲ ਤਾਂ ਭੋਗਣਾ ਹੀ ਪੈਣਾ। ਅਤੇ ਗੱਲ ਕਰਮਾਂ 'ਤੇ ਆ ਮੁੱਕਦੀ ਅਤੇ ਰਾਮ ਜਵਾਈ ਕੋਲ ਬੈਠੀ ਫਾਤਮਾ ਦਾ ਵੀ ਹੁੰਗਾਰਾ ਚਾਹੁੰਦੀ ਸੀ। ਨਹੀਂ ਫਾਤਮਾ, ਤੂੰ ਚਾ ਦੱਸ ਤੁਹਾਡਾ ਮਜ਼ਹਬ ਕੀ ਆਖਦਾ? ਨਹੀਂ ਤੁਸਾਂ ਤਾਂ ਮੁੜ ਮੁੜ ਜੰਮਣਾ ਅਤੇ ਮਰਨਾ, ਅਸਾਂ ਤਾਂ ਇੱਕੋ ਵਾਰ ਦੁਨੀਆ ਭੋਗਣੀ ਹੋਣੀ ਹੈ, ਅਤੇ ਪਰਲੋ ਤੱਕ ਬੰਦਾ ਕਬਰਾਂ 'ਚ ਹੀ ਮਿੱਟੀ ਹੋਇਆ ਪਿਆ ਰਹਿਣਾ। ਅਤੇ ਫਾਤਮਾ ਸਮਝਾਉਂਦੀ, ਮੌਲਵੀ ਕਹਿੰਦਾ ਹੁੰਦਾ ਕਿ ਮਰਨ ਮਗਰੋਂ ਮੁਨਕਰ ਅਤੇ ਨਕੀਰ ਕਬਰ ਵਿੱਚ ਬੰਦੇ ਨੇ, ਕਰਮਾਂ ਨਾਲ ਲੇਖਾ ਜੋਖਾ ਕਰਨੇ ਵਾਸਤੇ ਆਉਣੇ ਨੇ, ਅਤੇ ਜੇ ਬੰਦੇ ਨੇ ਚੰਗੇ ਕਰਮ ਕੀਤੇ ਹੋਣ ਤਾਂ ਗੈਬੀ ਸ਼ਕਤੀ ਨਾਲ ਕਬਰ ਲੰਮੀ ਚੌੜੀ ਅਤੇ ਗੈਲੀ ਘਰ ਵੰਜਦੇ ਨੇ ਤਾਂ ਜੋ ਬੰਦਾ ਆਰਾਮ ਨਾਲ ਪਿਆ ਰਹੇ, ਪਰ ਜੇ ਮੰਦੇ ਕਰਮ ਬਹੁਤੇ ਹੋਣ ਤਾਂ ਉਹ ਬੰਦੇ ਆ ਬੜੇ ਤਸੀਏ ਦਿੰਦੇ ਨੇ, ਉਹਨਾਂ ਦਾ ਚੀਕ ਚਿਹਾੜਾ ਪੰਛੀਆਂ ਨੂੰ ਸੁਣਾਈ ਦਿੰਦਾ ਅਤੇ ਬੰਦਿਆਂ ਕੀ ਨਹੀਂ। ਅਤੇ ਇਹ ਗੱਲ ਸੁਣ ਕੇ ਸਭ ਤੀਵੀਆਂ ਘਬਰਾ ਜਾਂਦੀਆਂ। ਬੁੱਢੀ ਗੋਮਾਂ ਦੀ ਤਾਂ ਜਿਵੇਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਜਾਂਦੀ। ਉਹ ਥਿੜਕਦੀ ਆਵਾਜ਼ 'ਚ ਮੂੰਹ ਪਪੋਲਦੀ ਪੁੱਛਦੀ, ਨੀ ਸਵਰਗਾਂ 'ਚ ਵੰਝਣਾ, ਨਾ ਕੋਈ ਸੌਖਾ ਰਾਹ ਚਾ ਦੱਸੋ, ਮੈਂ ਤਾਂ ਹੁਣ ਥੋੜ੍ਹੇ ਚਿਰਾਂ ਨਹੀਂ ਮਹਿਮਾਨ ਹਾਂ, ਹਰ ਵੇਲੇ ਜਾਣ ਡਿੱਗੁ ਡਿੱਗੂ ਕਰਨੀ ਰਹਿੰਦੀ ਹੈ। ਤਾਂ ਰਾਮ ਜਵਾਈ ਮੁਸਕਰਾਉਂਦੀ ਹੋਈ ਕਹਿੰਦੀ, ਇਹ ਉਹ ਕਥਾ ਕਰਨ ਵਾਲਾ ਸਾਧ ਜੋ ਦੱਸ ਗਿਆ, ਅਖੇ ਮਰਨ ਵਾਲੇ ਵੇਲੇ ਪਰਮਾਤਮਾ ਦਾ ਨਾਮ ਜਪੋ। ਫਿਰ ਉਹ ਝੱਟ ਕੁ ਰੁੱਕ ਕੇ ਬੋਲੀ, ਉਸ ਅਜਾਮਲ ਨੀ ਸਾਖੀ ਵੀ ਤਾਂ ਸੁਣਾਈ ਆਈ। ਅਤੇ ਫਿਰ ਉਹ ਅਜਾਮਲ ਦੀ ਸਾਖੀ ਸੁਣਾਉਂਦੀ ਹੋਈ ਕਹਿਣ ਲੱਗੀ, ਨਰੈਣ ਛੋਟਾ ਹੋਣ ਕਰਕੇ ਅਜਾਮਲ ਕੀ ਸਭਨਾਂ ਨਾਲੋਂ ਵੱਧ ਪਿਆਰਾ ਆ, ਅਤੇ ਮਰਨ ਵੇਲੇ ਅਜਾਮਲ ਨੇ ਨਰੈਣ ਕੀ ਆਵਾਜ਼ ਮਾਰੀ, ਅੰਤ ਵੇਲੇ ਨਰੈਣ ਨਾ ਉਚਾਰਨ ਕਰਕੇ ਅਜਾਮਲ ਕੀ ਵਿਸ਼ਨੂੰ ਨੇ ਦੂਤ ਘਿੰਨਣ ਵਾਸਤੇ ਆਏ, ਅਤੇ ਜਮਦੂਤਾਂ ਕੀ ਕਹਿਣ ਲੱਗੇ, ਇਸ ਪ੍ਰਾਣੀ ਨੇ ਅਖੀਰ ਵੇਲੇ ਨਰੈਣਾ ਯਾਦ ਕੀਤਾ, ਇਹ ਤਾਂ ਸਾਡਾ ਹੱਕ ਏ, ਇਹ ਬੈਕੁੰਠਾਂ 'ਚ ਜਾਸੀ। ਫਾਤਮਾ ਹੱਸ ਪਈ ਅਤੇ ਕਹਿਣ ਲੱਗੀ, ਨਹੀਂ ਤੁਹਾਡਾ ਵਿਸ਼ਨੂੰ ਤਾਂ ਬੜਾ ਭੋਲਾ ਹੈ, ਜੋ ਇਹ ਵੀ ਨਹੀਂ ਜਾਣ ਸਕਿਆ ਕਿ ਪੁੱਤਰਿਆਂ ਆਵਾਜ਼ ਮਾਰ ਰਿਹਾ ਹੈ ਕਿ ਉਹਦਾ ਜਾਪ ਕਰ ਰਿਹਾ, ਅਤੇ ਸਾਡੇ ਅੱਲਾ ਨੇ ਤਾਂ ਉਹ ਮਾਫ਼ ਨਹੀਂ ਕਰਨਾ। ਅਤੇ ਸਭ ਤੀਵੀਆਂ ਦੰਦ ਕੱਢ ਕੇ ਹੱਸਣ ਲੱਗਦੀਆਂ। ਮਾਸੀ ਸੁਲੱਖਣੀ ਕਾਫ਼ੀ ਬਿਰਧ ਸੀ, ਉਹਦੇ ਹੱਥ ਬੁਢੇਪੇ ਕਾਰਨ ਹਮੇਸ਼ਾ ਕੰਬਦੇ ਰਹਿੰਦੇ, ਸਿਰ ਝੂਲਦਾ ਰਹਿੰਦਾ। ਉਹ ਆਪਣੇ ਬੋੜੇ ਮੂੰਹ 'ਚ ਗੱਲ ਚਗਲਦੀ ਹੋਈ ਕਹਿਣ ਲੱਗੀ, ਭੈਣੇ ਕਿ ਪਤਾ ਕਿਸ ਵੇਲੇ ਪ੍ਰਾਣ ਨਿਕਲ ਵੰਝਣ, ਉਦੋਂ ਧਿਆਨ ਖਸਮਾ ਖਾਣਾ ਪਤਾ ਨਹੀਂ ਕਿੱਥੇ ਹੋਵੇ। ਅਤੇ ਉਹਦੇ ਨਾਲ ਬੈਠੀ ਗੁਰਾਂ ਦੇ ਝੱਟ ਬੋਲ ਪਈ, ਨਹੀਂ ਮੈਂ ਤੁੱਗੀ ਦੱਸਣੀ ਆ, ਮਹਿੰਡੀ ਸੱਸ ਸੁਮਿੱਤਰਾ ਦੇ ਜਿਸ ਲਈ ਪ੍ਰਾਣ ਨਿਕਲਣ ਲੱਗੇ ਉਹਦੇ ਦਿਲੇ 'ਚ ਪਤਾ ਨਹੀਂ ਕੀ ਆਈ, ਆਖਣ ਲੱਗੀ, ਧੀਏ ਇੱਕ ਚਿੱਟਾ ਰੁਪਇਆ ਹੈ ਹੀ, ਜ਼ਰਾ ਲੈ ਆਵੀਂ, ਪਤਾ ਨਹੀਂ ਇਹ ਰੁਪਇਆ ਕੀ ਕਰਨਾ ਚਾਹੁੰਦੀ ਆਈ, ਸ਼ਾਇਦ ਮਨਸਣਾ ਹੋਵੇ, ਅਤੇ ਮੈਂ ਜਿਸ ਲਈ ਸੰਦੂਕ 'ਚੋਂ ਰੁਪਇਆ ਕੱਢ ਕੇ ਲਿਆਂਦਾ ਉਹਦੀ ਫੂਕ ਨਿਕਲ ਚੁੱਕੀ ਆਈ। ਕਹਿੰਦੇ ਅੰਤ ਵੇਲੇ ਜੋ ਲੱਛਮੀ ਵੱਲ ਧਿਆਨ ਕਰੇ ਉਹ ਸੱਪ ਨਹੀਂ ਜੂਨੇ ਪੈਣਾ, ਵਿੱਚੋਂ ਕੋਈ ਬੋਲ ਪਈ, ਹਾਂ ਸੁਮਿੱਤਰਾ ਸੱਪਣੀ ਨਹੀਂ ਜੂਨੀ 'ਚ ਪਈ ਆਈ। ਗੁਰਦਈ ਨੇ ਅੱਗੋਂ ਹੁੰਗਾਰਾ ਭਰਿਆ, ਕੁਛ ਦਿਨ ਮਗਰੋਂ ਅਸਾਂ ਕੀ ਰੁਪਇਆ ਨਹੀਂ ਲੋੜ ਪਈ ਆਈ, ਅਤੇ ਅਸੀਂ ਚੁੱਲ੍ਹੇ ਵਾਲੀ ਦੇਗ ਪੁੱਟੀ ਤਾਂ ਉੱਥੋਂ ਇੱਕ ਸੱਪਣੀ ਸ਼ੂਕਦੀ ਹੋਈ ਨਿਕਲੀ, ਇਹ ਸੱਪਣੀ ਕੀ ਮਾਰਨ ਲੱਗੇ ਪਰ ਸਹੁਰੇ ਨੇ ਰੋਕ ਦਿੱਤਾ, ਨਾ ਮਾਰੋ ਇਸ ਸ਼ੋਧੀਆਂ, ਮਤਾਂ ਇਹ ਸੁਮਿੱਤਰਾ ਹੀ ਹੋਵੇ, ਅਤੇ ਮਰਨ ਵੇਲੇ ਉਸ ਵਿਚਾਰੀ ਨਾਲ ਧਿਆਨ ਰੁਪਇਆਂ ਵੱਲ ਚਲਾ ਗਿਆ ਆ, ਅਤੇ ਇੰਨੀ ਦੇਰ 'ਚ ਸੱਪਣੀ ਕਿੱਧਰ ਨਿਕਲ ਗਈ, ਅਤੇ ਜਿਹੜਾ ਸ਼ੂਮ ਹੋਵੇ ਉਹ ਕੀੜੀ ਨਹੀਂ ਜੂਨੇ ਪੈਣਾ, ਜਿਹੜਾ ਸ਼ਾਹ ਵਾਂਗ ਰੱਤ ਝੂਸਣਾ ਰਹੇ ਉਹ ਅਗਲੇ ਜਨਮ ਜੋਕ ਬਣਨਾ ਜੋਕ, ਅਤੇ ਜੇ ਕੋਈ ਤੀਵੀਂ ਸਾਰਾ ਦਿਨ ਕੰਘੀ ਪੱਟੀ 'ਚ ਰੁੱਝੀ ਰਹੇ ਬਿੰਦੀਆਂ ਕੱਜਲੇ ਨਾਲ ਮੂੰਹ ਸਵਾਰਦੀ ਰਹੇ, ਉਹ ਨੇ ਜਈ ਬਲਖੀ ਰੰਨ ਤਾਂ ਵੇਸਵਾ ਨਹੀਂ ਜੂਨੀ 'ਚ ਪੈਣੀ ਹੈ,
ਅਤੇ ਜਿਹੜਾ ਮਰਦ ਕੰਮ ਹੀ ਹੋਵੇ ਭੁੱਖਾ ਅਤੇ ਹਾਬੜਿਆ, ਨਾ ਧੀ ਭੈਣ ਵੇਖੇ ਨਾ ਗਲੀ ਗੁਆਂਢ। ਸੱਤਿਆ ਨੇ ਸਾਹਮਣੇ ਬੈਠੀ ਪ੍ਰੇਮੀ ਵੱਲ ਇਸ਼ਾਰਾ ਕਰਦੇ ਪੁੱਛਿਆ, ਪ੍ਰੇਮੀ ਦਾ ਘਰ ਵਾਲਾ ਬੁੱਢੇ ਬਾਰੇ ਵੀ ਹੱਟੀ ਉੱਤੇ ਸੌਦਾ ਲੈਣ ਆਈਆਂ ਜੱਟੀਆਂ ਨਾਲ ਮਸਖਰੀਆਂ ਕਰਨੋਂ ਨਹੀਂ ਸੀ ਹਟਾਲਦਾ, ਉਹ ਤਾਂ ਕੁੱਤੇ ਨਹੀਂ ਜੂਨੇ ਪੈਂਦੇ। ਤੈਨੂੰ ਕਿਸ ਦੱਸਿਆ? ਉਸੇ ਸਾਧ ਨੇ ਜਿਹੜਾ ਬਸੰਤੀ ਦੇ ਘਰ ਕਥਾ ਕਰਨ ਆਇਆ ਆ। ਆਪ ਤਾਂ ਉਹ ਸਾਧ ਸਾਰੀ ਦਿਹਾੜੀ ਤੀਵੀਆਂ ਨਹੀਂ ਕੁਛੋਂ ਉੱਠਣਾ ਨਹੀਂ ਆਇਆ, ਅਤੇ ਮੈਂ ਤਾਂ ਸੁਣਿਆ ਬਸੰਤੀ ਰਾਤੀ ਉਹਦੀਆਂ ਲੱਤਾਂ ਦੱਬਿਆ ਕਰਨੀ ਆਈ, ਅਤੇ ਸਭ ਤੀਵੀਆਂ ਖਿੱਲੀ ਮਾਰ ਕੇ ਹੱਸਣ ਲੱਗਦੀਆਂ। ਪਰ ਇਹਨਾਂ ਸਾਧਾਂ ਦੀਆਂ ਕੀ ਬਾਤਾਂ ਨੇ, ਇਹ ਤਾਂ ਰੱਬ ਨਾਲ ਰਲੇ ਹੋਏ ਹੋਣੇ ਨ, ਖੋਟੇ ਕਰਮ ਕਰਕੇ ਸਵਰਗਾਂ 'ਚ ਪੁੱਜਣ ਨਹੀਂ ਤਰਕੀਬ ਕੱਢ ਲੈਂਦੇ ਨੇ। ਅਤੇ ਉਸ ਮਸਟੰਡੇ ਸਾਧ ਨੇ ਸਾਖੀ ਨਹੀਂ ਸੁਣੀ ਜਿਹੜਾ ਸਾਰੀ ਉਮਰ ਚੇਲੀਆਂ ਭੋਗਦਾ ਰਿਹਾ ਪਰ ਮਰਨ ਮਗਰੋਂ ਸਵਰਗਾਂ ਦਾ ਆਨੰਦ ਲੈਣ ਲੱਗਾ? ਅਤੇ ਫਿਰ ਉਹ ਮਸਟੰਡੇ ਸਾਧੂ ਦੀ ਗੱਲ 'ਚ ਉਹ ਬੈਠੀ ਇੱਕ ਭੇਖੀ ਸਾਰੀ ਸਾਧੂ ਸਾਰੀ ਉਮਰ ਠੱਗੀ ਠੋਰੀ ਕਰਦਾ ਰਿਹਾ, ਚੋਰੀ ਯਾਰੀ ਜੂਆ ਗਾਂਝਾ ਕਿਹੜਾ ਕਸਬ ਸੀ ਜਿਹੜਾ ਉਸ ਨਹੀਂ ਸੀ ਕੀਤਾ, ਅਤੇ ਜ਼ਿੰਦਗੀ 'ਚ ਉਹਨੇ ਇੱਕੋ ਨੇਕ ਕੰਮ ਕੀਤਾ ਸੀ, ਇੱਕ ਜਵਾਨ ਵਿਧਵਾ ਨੂੰ ਘਰੋਂ ਦੁਖੀ ਹੋ ਕੇ ਨਦੀ 'ਚ ਛਾਲ ਮਾਰ ਦਿੱਤੀ, ਅਤੇ ਸਾਧ ਨੇ ਤੀਵੀਂ ਨੂੰ ਰੁੜਦਿਆਂ ਵੇਖ ਕੇ ਨਦੀ 'ਚੋਂ ਬਾਹਰ ਕੱਢਿਆ ਅਤੇ ਆਪਣੀ ਕੁਟੀਆ 'ਚ ਲਿਆ ਕੇ ਉਹਦਾ ਦੁਆ ਦਾਰੂ ਕੀਤਾ। ਅਤੇ ਜਦੋਂ ਨਵੀਂ ਨਰੋਈ ਹੋ ਗਈ ਤਾਂ ਉਸ ਨਾਲ ਸਾਧ ਨੇ ਖੁਦ ਚਾਦਰਾਂ ਪਾ ਲਈਆਂ। ਅਤੇ ਵਿਧਵਾ ਛੋਟੀ ਉਮਰੇ ਦੀ ਸੀ ਅਤੇ ਸਾਧ ਉਹਦੇ ਪਿਓ ਦਾ ਹਾਣੇ, ਅਤੇ ਵਿਧਵਾ ਨੇ ਬਥੇਰੀ ਨਾਂਹ ਨੁੱਕਰ ਕੀਤੀ ਪਰ ਉਹਦੀ ਕੋਈ ਪੇਸ਼ ਨਾ ਗਈ। ਅਖੀਰ ਉਸ ਬੁੱਢੇ ਰਿੱਛ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ 'ਚ ਆ ਗਈ। ਕਹਿੰਦੇ ਨੇ ਜਦੋਂ ਸਾਧ ਮਰ ਕੇ ਧਰਮਰਾਜ ਦੇ ਦਰਬਾਰ 'ਚ ਪੁੱਜਾ ਤਾਂ ਉਹਦੀ ਜ਼ਿੰਦਗੀ 'ਚ ਇੱਕੋ ਨੇਕ ਕਰਮ ਸੀ, ਵਿਧਵਾ ਤੀਵੀਂ ਨੂੰ ਨਦੀ 'ਚੋਂ ਕੱਢ ਕੇ ਉਹਦੀ ਦਵਾ ਦਾਰੂ ਕਰਨਾ, ਅਤੇ ਬਾਕੀ ਸਾਰੀ ਜ਼ਿੰਦਗੀ ਕਾਲੇ ਕਰਮਾਂ ਨਾਲ ਉਤਪੋਤ ਸੀ, ਜਿਵੇਂ ਕਿਸੇ ਤਖਤੀ ਉੱਤੇ ਕਾਲੀ ਸਿਆਹੀ ਡੋਲ੍ਹ ਦਿੱਤੀ ਹੋਵੇ। ਧਰਮਰਾਜ ਨੇ ਹਿਸਾਬ ਵੇਖ ਕੇ ਕਿਹਾ, ਤੇਰੇ ਲੇਖੇ 'ਚ ਇੱਕ ਘੜੀ ਪਲ ਦਾ ਸਵਰਗ ਏ, ਬਾਕੀ ਸਾਰੀ ਮੁੱਦਤ ਤੂੰ ਨਰਕ ਭੋਗਣਾ। ਬੋਲ, ਪਹਿਲਾਂ ਸਵਰਗ ਭੋਗਣਾ ਕਿ ਨਰਕ? ਮੈਂ ਤਾਂ ਪਹਿਲਾਂ ਸਵਰਗ ਭੋਗਣਾ। ਪਖੰਡੀ ਸਾਧੂ ਨੇ ਸੋਚ ਕੇ ਕਿਹਾ, ਸੋ ਜਮਦੂਤ ਤੁਹਾਨੂੰ ਸਵਰਗ ਦੇ ਦਰਵਾਜ਼ੇ ਤੱਕ ਲੈ ਗਏ ਅਤੇ ਕਹਿਣ ਲੱਗੇ, ਅਸੀਂ ਸਵਰਗਾਂ ਅੰਦਰ ਪੈਰ ਨਹੀਂ ਰੱਖ ਸਕਦੇ, ਤੂੰ ਅੰਦਰ ਲੰਘ ਜਾ ਅਤੇ ਇੱਕ ਘੜੀ ਸਵਰਗ ਦਾ ਆਨੰਦ ਭੋਗ ਕੇ ਫਿਰ ਆਪਣੇ ਆਪ ਬਾਹਰ ਆ ਜਾਈਂ, ਅਸੀਂ ਤੈਨੂੰ ਇੱਥੇ ਖੜ੍ਹੇ ਉਡੀਕਦੇ ਹਾਂ। ਕਹਿੰਦੇ ਨੇ ਸਾਧ ਅੰਦਰ ਜਾ ਕੇ ਸਵਰਗ ਦੇ ਆਨੰਦ ਮਾਨਣ ਲੱਗਾ, ਜਮਦੂਤ ਬਾਹਰ ਖੜ੍ਹੇ ਉਡੀਕਦੇ ਰਹੇ, ਪਰ ਉਹ ਸਾਧੂ ਬਾਹਰ ਨਿਕਲਿਆ ਹੀ ਨਾ ਅਤੇ ਜਮਦੂਤ ਉਡੀਕ ਉਡੀਕ ਕੇ ਹਾਰ ਗਏ। ਇਉਂ ਪਖੰਡੀ ਜਮਦੂਤਾਂ ਨੂੰ ਵੀ ਚੱਕਮਾ ਦੇ ਗਿਆ। ਫਿਰ ਤਾਂ ਅੱਗੇ ਵੀ ਠੱਗੀ ਠੋਰੀ ਚੱਲਣੀ ਏ, ਚਲਾਕ ਲੋਕ ਅੱਗੇ ਵੀ ਲਾਹਾ ਖੱਟ ਲੈਂਦੇ ਨ। ਸੁਲੱਖਣੀ ਗੰਭੀਰ ਜੀ ਹੋ ਕੇ ਬੋਲੀ, ਅਤੇ ਸਾਡੇ ਜਏ ਲੱਲੇ ਤਾਂ ਅੱਗੇ ਵੀ ਖਵਾਰ ਹੋਣੇ ਫਿਰ ਸਨ, ਅਤੇ ਇਉਂ ਗੱਲਾਂ ਦਾ ਕਾਫਲਾ ਤੁਰਦਾ ਰਹਿਣ। ਧੰਨਵਾਦ। ਅਗਲਾ ਲੇਖ ਹੈ ਲੋਕ ਵਿਸ਼ਵਾਸ। ਪੰਜਾਬ ਦੇ ਹੋਰ ਪਿੰਡਾਂ ਵਾਂਗ ਗੁੜੇ ਦੇ ਲੋਕ ਵੀ ਸਾਂਝੀ ਜੀ ਸੋਚ ਵਾਲੀ ਸਮੂਹਕ ਜ਼ਿੰਦਗੀ ਬਤੀਤ ਕਰਦੇ। ਉਹ ਨਿੱਕੇ ਨਿੱਕੇ ਸਮੂਹਾਂ 'ਚ ਜੀਵਨ ਜਿਉਂਦੇ ਅਤੇ ਸਭ ਨਿੱਕੀਆਂ ਇਕਾਈਆਂ 'ਚ ਵੱਡੇ ਸਮੂਹ 'ਚ ਸਮਾ ਜਾਂਦੀਆਂ ਨੇ। ਵਿਅਕਤੀ ਇਕੱਲੇ ਤੌਰ 'ਤੇ ਕੋਈ ਅਹਿਮੀਅਤ ਨਹੀਂ ਰੱਖਦਾ, ਜੋ ਸਮੂਹ ਦੇ ਵਿਚਾਰ ਨੇ ਉਹ ਲਗਭਗ ਹਰੇਕ ਦੇ ਨੇ। ਸ਼ਖਸੀਅਤ ਭਾਵੇਂ ਹਰੇਕ ਦੀ ਆਪਣੀ ਹੈ ਪਰ ਬੁਨਿਆਦੀ ਸੋਚ ਇੱਕੋ ਹੀ ਹੈ, ਇਸੇ ਲਈ ਵਿਸ਼ਵਾਸ ਵੀ ਇੱਕੋ ਜਿਹੇ ਨੇ। ਲੋਕ ਵਿਸ਼ਵਾਸ ਸਦੀਆਂ ਦੇ ਸਮੂਹਕ ਅਨੁਭਵ ਦੇ ਫੁੱਲ ਹੁੰਦੇ ਨੇ। ਇਹਨਾਂ ਨੂੰ ਪਰੰਪਰਾ ਤੋਂ ਸ਼ਕਤੀ ਮਿਲਦੀ ਹੈ, ਲੋਕ ਇਹਨਾਂ ਨਾਲ ਮਾਨਸਿਕ ਤੌਰ 'ਤੇ ਬੱਝ ਜਾਂਦੇ ਨੇ। ਕਈ ਵਿਸ਼ਵਾਸ ਤਾਂ ਪੀੜ੍ਹੀ ਦਰ ਪੀੜ੍ਹੀ ਤੁਰਦੇ ਜਾਤੀ ਦਾ ਸੰਸਕਾਰ ਬਣ ਜਾਂਦੇ ਨੇ। ਇਹਨਾਂ ਦੀ ਸਿਰਜਣਾ 'ਚ ਲੋਕ ਮਨ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਜੇ ਗੌਰ ਨਾਲ ਵੇਖਿਆ ਜਾਏ ਤਾਂ ਲੋਕ ਵਿਸ਼ਵਾਸ ਲੋਕ ਮਨ ਦੀਆਂ ਹੀ ਲਗਰਾਂ ਨੇ ਜੋ ਪੱਕ ਕੇ ਬੂਟੇ ਬਣ ਜਾਂਦੀਆਂ ਨੇ। ਲੋਕ ਸੰਸਕ੍ਰਿਤੀ ਦੇ ਨਿਰਮਾਣ ਅਤੇ ਵਿਕਾਸ 'ਚ ਲੋਕ ਵਿਸ਼ਵਾਸਾਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ। ਇਹ ਲੋਕ ਸੰਸਕ੍ਰਿਤੀ ਦੇ ਬੋੜ ਦਾ ਫੈਲਿਆ ਦਰਖਤ ਹੈ, ਤਾਂ ਇਹ ਵਿਸ਼ਵਾਸ ਉਹਦੀਆਂ ਜੜ੍ਹਾਂ ਨੇ। ਲੋਕ ਵਿਸ਼ਵਾਸਾਂ ਦੇ ਡੂੰਘੇ ਅਧਿਐਨ ਬਗੈਰ ਨਾ ਤਾਂ ਕਿਸੇ ਸੰਸਕ੍ਰਿਤੀ ਦੀ ਪੂਰੀ ਤਰ੍ਹਾਂ ਨੁਹਾਰ ਪਛਾਣੀ ਜਾ ਸਕਦੀ ਹੈ ਅਤੇ ਨਾ ਹੀ ਉਹਦੀ ਰੂਹ ਤੱਕ ਅਪੜਿਆ ਜਾ ਸਕਦਾ। ਲੋਕ ਵਿਸ਼ਵਾਸਾਂ ਨੂੰ ਲੋਕ ਸੰਸਕ੍ਰਿਤੀ ਦੀ ਕਾਇਆ ਦੇ ਅੰਦਰ ਵਸੀ ਸੂਖਮ ਆਤਮਾ ਕਿਹਾ ਜਾ ਸਕਦਾ। ਲੋਕ ਵਿਸ਼ਵਾਸ ਸੋਚ ਦਾ ਹਿੱਸਾ ਹੋਣ ਕਰਕੇ ਜੀਵਨ ਦੇ ਹਰ ਖੇਤਰ, ਭਾਵੇਂ ਉਹ ਧਰਮ ਕਰਮ ਨਾਲ ਸੰਬੰਧਿਤ ਹੋਵੇ, ਭਾਵੇਂ ਕੰਮ ਧੰਦੇ ਨਾਲ, ਭਾਵੇਂ ਰੀਤਾਂ ਰਸਮਾਂ ਹੋਣ ਅਤੇ ਭਾਵੇਂ ਭਰਮ ਵਹਿਮ, ਸਭ ਦਿਸ਼ਾਵਾਂ 'ਚ ਫੈਲੇ ਹੋਏ ਨੇ। ਵੇਖਿਆ ਜਾਏ ਤਾਂ ਇਹਨਾਂ ਤੋਂ ਹੀ ਜੀਵਨ ਨੂੰ ਗਤੀ ਮਿਲਦੀ ਹੈ, ਇਹਨਾਂ ਦਾ ਪਸਾਰ ਜੀਵੰਤ ਸ਼ਕਤੀ ਵਾਲਾ ਹੈ। ਜਨਮ ਮਰਨ ਵਿਆਹ ਸ਼ਾਦੀ ਆਦਿ ਨਾਲ ਸੰਬੰਧਿਤ ਵਿਸ਼ਵਾਸਾਂ ਤੋਂ ਹੀ ਰੀਤਾਂ ਰਸਮਾਂ ਦਾ ਉਦੈ ਹੋਇਆ। ਸਹਿ ਤੋਂ ਸਹਿ ਦੀ ਉਤਪਤੀ ਅਤੇ ਨਕਲ ਦੁਆਰਾ ਅਸਲ ਨੂੰ ਪ੍ਰਭਾਵਿਤ ਕਰਨ ਦੇ ਵਿਸ਼ਵਾਸ ਨੇ ਸ਼ਗਨ ਅਪਸ਼ਗਨ ਜਾਦੂ ਟੂਣੇ ਗੰਢ ਤਵੀਤ ਅਤੇ ਜੰਤਰਾਂ ਮੰਤਰਾਂ ਨੂੰ ਜਨਮ ਦਿੱਤਾ। ਪਸ਼ੂ ਪੰਛੀਆਂ ਬਨਸਪਤੀ ਤਾਰਿਆਂ ਅਤੇ ਗ੍ਰਹਿਆਂ ਨਾਲ ਸੰਬੰਧਿਤ ਵਿਸ਼ਵਾਸ ਵੀ ਇਸੇ ਸੋਚ ਦਾ ਫਲ ਹਨ। ਸੁਪਨਿਆਂ ਨੂੰ ਵਾਸਤਵਿਕ ਜੀਵਨ ਨਾਲ ਜੋੜ ਕੇ ਕੁਝ ਧਾਰਨਾਵਾਂ ਸਿਰਜ ਲਈਆਂ ਨੇ।
ਕੁਝ ਵਿਚਾਰ ਸਰੀਰ ਦੇ ਅੰਗਾਂ ਨਾਲ ਸੰਬੰਧਿਤ ਹਨ, ਕੁਝ ਅੰਕਾਂ ਨਾਲ। ਮਰਨ ਤੋਂ ਬਾਅਦ ਦੇ ਜੀਵਨ 'ਚ ਵਿਸ਼ਵਾਸ ਨੇ ਭੂਤ ਪ੍ਰੇਤਾਂ ਨੂੰ ਜਨਮ ਦਿੱਤਾ। ਧਰਮ ਨੇ ਵਰ ਅਤੇ ਸਰਾਪ ਵਿੱਚ ਆਸਥਾ ਪੈਦਾ ਕੀਤੀ। ਇੱਥੇ ਅਸੀਂ ਕੁਝ ਕੁ ਵਿਸ਼ਵਾਸਾਂ ਦਾ ਹੀ ਜ਼ਿਕਰ ਕਰਾਂਗੇ। ਆਮ ਪਿੰਡਾਂ ਵਾਂਗ ਇੱਥੇ ਵੀ ਵਾਰਾਂ ਨਾਲ ਕਈ ਤਰ੍ਹਾਂ ਦੇ ਭਰਮ ਵਹਿਮ ਜੁੜੇ ਹੋਏ ਨੇ। ਵਾਰ ਗ੍ਰਹਿਆਂ ਦੇ ਨਾਵਾਂ ਉੱਤੇ ਹਨ ਅਤੇ ਲੋਕਾਂ ਦੀ ਧਾਰਨਾ ਹੈ ਕਿ ਗ੍ਰਹਿ ਦਾ ਪ੍ਰਭਾਵ ਸੰਬੰਧਿਤ ਵਾਰ ਉੱਤੇ ਪੈਣਾ ਸਹਿਜ ਹੈ। ਜਿਵੇਂ ਸਨਿੱਚਰ ਗ੍ਰਹਿ ਸਭ ਤੋਂ ਕਰੂਰ, ਖੋਰੂ ਅਤੇ ਦਲਿੱਦਰੀ ਮੰਨਿਆ ਗਿਆ ਹੈ, ਇਸ ਵਾਰ ਨੂੰ ਸਨਿੱਚਰ ਆਪਣੀ ਪੂਰੀ ਸ਼ਕਤੀ 'ਚ ਵਿਆਪਕ ਹੁੰਦਾ ਹੈ, ਸੋ ਇਹ ਵਾਰ ਸ਼ੁੱਭ ਨਹੀਂ ਮੰਨਿਆ ਜਾਂਦਾ। ਵਾਰਾਂ 'ਚ ਸਭ ਤੋਂ ਸ਼ੁੱਭ ਬੁੱਧ ਮੰਨਿਆ ਗਿਆ। ਬੁੱਧਵਾਰ ਨੂੰ ਛੋਇਆ ਕੰਮ ਹਮੇਸ਼ਾ ਵੱਧਦਾ ਫੁੱਲਦਾ ਹੈ, ਇਸੇ ਲਈ ਕਹਿੰਦੇ ਆ ਬੁੱਧ ਕੰਮ ਸ਼ੁੱਧ। ਪਰ ਬੁੱਧਵਾਰ ਪਹਾੜ ਵੱਲ ਜਾਣਾ ਅਸ਼ੁੱਭ ਹੈ, ਮੰਗਲ ਸੰਬੰਧੀ ਵੀ ਇਹੋ ਧਾਰਨਾ ਹੈ। ਮੰਗਲ ਬੁੱਧ ਨਾ ਜਾਈਏ ਪਹਾੜ, ਮਤਾਂ ਜਿੱਤੀ ਬਾਜੀ ਆਈਏ ਹਾਰ। ਬੁੱਧ ਅਤੇ ਸਨਿਚਰਵਾਰ ਨੂੰ ਨਵਾਂ ਕੱਪੜਾ ਪਹਿਨਣਾ ਵੀ ਸ਼ੁੱਭ ਹੈ, ਪਰ ਨਵਾਂ ਗਹਿਣਾ ਐਤਵਾਰ ਨੂੰ ਹੀ ਫਲਦਾ ਹੈ। ਬੁੱਧ ਸਨਿਚਰ ਕੱਪੜਾ ਗਹਿਣਾ ਐਤਵਾਰ, ਜੇ ਸੁੱਖ ਸੁਤਾ ਲੋੜੇ ਤਾਂ ਮੰਜੀ ਨਾ ਉਣੀ ਸੋਮਵਾਰ, ਅਤੇ ਜੇ ਮੰਜੀ ਸੋਮਵਾਰ ਨੂੰ ਬੁਣੀ ਜਾਏ ਤਾਂ ਸੌਣ ਵਾਲਾ ਸ਼ਖਸ ਸੁਪਨਿਆਂ 'ਚ ਬਰੜਾਉਂਦਾ ਹੈ, ਸੁੱਤਿਆ ਘਬਰਾ ਕੇ ਉੱਠ ਬੈਠਦਾ ਹੈ। ਸਨਿਚਰਵਾਰ ਨਵਾਂ ਕੱਪੜਾ ਪਹਿਨਣ ਲਈ ਸ਼ੁੱਭ ਹੈ। ਇਹ ਕਿਉਂ? ਸਨਿਚਰ ਧੀਮੀ ਗਤੀ ਨਾਲ ਚੱਲਣ ਵਾਲਾ ਗ੍ਰਹਿ ਹੈ, ਇਸ ਦਿਨ ਜੇ ਨਵਾਂ ਕੱਪੜਾ ਪਹਿਨਿਆ ਜਾਏ ਤਾਂ ਵਿਚਾਰ ਅਨੁਸਾਰ ਬੜਾ ਹੰਢਦਾ ਹੈ। ਪਿੰਡ ਦੇ ਹਿੰਦੂ ਸਿਰ ਮੁਨਾਉਣ ਵੇਲੇ ਵੀ ਵਾਰਾਂ ਨੂੰ ਧਿਆਨ 'ਚ ਰੱਖਦੇ ਹਨ। ਜੇ ਸੋਮ, ਬੁੱਧ, ਵੀਰ ਅਤੇ ਸ਼ੁੱਕਰਵਾਰ ਨੂੰ ਸਿਰ ਮੁੰਨਿਆ ਜਾਏ ਤਾਂ ਉਮਰ 'ਚ ਵਾਧਾ ਹੁੰਦਾ ਹੈ, ਅਤੇ ਇਹਦੇ ਉਲਟ ਮੰਗਲ, ਸਨਿਚਰ ਅਤੇ ਐਤਵਾਰ ਨੂੰ ਸਿਰ ਮਨਵਾਉਣ ਨਾਲ ਉਮਰ ਘੱਟਦੀ ਹੈ। ਸੰਗਰਾਂਦ ਭਾਵੇਂ ਕਿਸੇ ਵਾਰ ਨੂੰ ਪਏ ਸ਼ੁੱਭ ਹੈ, ਕਿਉਂ ਜੋ ਸੂਰਜ ਇਸ ਦਿਨ ਇੱਕ ਨਵੀਂ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ। ਮਹੀਨੇ ਦੇ ਅਖੀਰਲੇ ਦਿਨ ਨੂੰ ਘਾਟੇ ਦਾ ਦਿਨ ਕਹਿ ਕੇ ਛੁੱਟਿਆ ਜਾਂਦਾ ਅਤੇ ਉਹ ਸ਼ੁੱਭ। ਵਾਰਾਂ ਵਾਂਗ ਤਿੱਥਾਂ ਨਾਲ ਵੀ ਵਿਸ਼ਵਾਸ ਜੁੜੇ ਹੋਏ ਨੇ। ਚੰਦਰਮਾਸ ਨੂੰ ਸੁਦੀ ਅਤੇ ਬਦੀ ਦੇ ਪੱਖਾਂ 'ਚ ਵੰਡਿਆ ਗਿਆ। ਸੁਦੀ ਚਾਨਣਾ ਪੱਖ ਹੈ, ਚੰਦਰਮਾ ਵਾਧੇ 'ਤੇ ਹੁੰਦਾ। ਇਹਦੇ ਉਲਟ ਬਦੀ ਹਨੇਰਾ ਪੱਖ ਹੈ, ਚੰਦਰਮਾ ਵੱਧ ਘਾਟੇ 'ਤੇ ਹੁੰਦਾ। ਸੁਦੀ ਪੱਖ 'ਚ ਨਵਾਂ ਚੰਨ ਵੇਖਣਾ ਸ਼ੁੱਭ ਹੈ, ਪੰਚਮੀ ਤੋਂ ਦਸਵੀਂ ਤੱਕ ਨਾ ਸ਼ੁੱਭ ਅਤੇ ਨਾ ਅਸ਼ੁੱਭ। ਇਕਾਦਸ਼ੀ ਤੋਂ ਪੂਰਨਮਾਸ਼ੀ ਤੱਕ ਦੇ ਦਿਨ ਬਹੁਤ ਸ਼ੁੱਭ ਮੰਨੇ ਗਏ ਹੈ, ਖਾਸ ਤੌਰ 'ਤੇ ਇਕਾਦਸ਼ੀ ਅਤੇ ਪੂਰਨਮਾਸ਼ੀ ਦੀਆਂ ਤਿੱਥਾਂ। ਇਹਨਾਂ ਦਿਨਾਂ 'ਚ ਛੋਏ ਕੰਮ ਵੱਧਦੇ ਫੁੱਲਦੇ ਹੈ, ਅਤੇ ਦੂਜੇ ਪਾਸੇ ਪਰਵ ਬਦੀ ਪਹਿਲੀ ਤੋਂ ਪੰਚਮੀ ਤੱਕ ਸ਼ੁੱਭ ਦਿਨ ਹਨ, ਫਿਰ ਮੱਸਿਆ ਤੱਕ ਦਰਮਿਆਨੇ। ਸ਼ੁੱਭ ਕਾਰਜਾਂ ਲਈ ਮੱਸਿਆ ਚੰਗੀ ਨਹੀਂ ਸਮਝੀ ਜਾਂਦੀ। ਚੰਦਰਮਾ ਵਾਧੇ 'ਤੇ ਹੋਵੇ ਤਾਂ ਖੇਤੀ ਬੀਜਣ ਨਾਲ ਫਲ ਜ਼ਿਆਦਾ ਪੈਂਦਾ ਹੈ। ਨਛੱਤਰਾਂ ਨਾਲ ਵੀ ਕਈ ਵਿਸ਼ਵਾਸ ਜੁੜੇ ਹੋਏ ਹਨ। ਨਛੱਤਰ 28 ਹਨ, ਜਿਨ੍ਹਾਂ 'ਚੋਂ ਕੁਝ ਸ਼ੁੱਭ ਮੰਨੇ ਗਏ ਅਤੇ ਕੁਝ ਅਸ਼ੁੱਭ। ਮੂਲ ਨਛੱਤਰ 'ਚ ਜੰਮਿਆਂ ਬਾਲ ਮਾਪਿਆਂ 'ਤੇ ਭਾਰਾ ਹੁੰਦਾ ਹੈ। ਪਹਿਲੇ ਚਰਨ 'ਚ ਜੰਮਿਆ ਹੋਵੇ ਤਾਂ ਪਿਓ 'ਤੇ ਭਾਰਾ, ਦੂਜੇ 'ਚ ਮਾਂ 'ਤੇ ਭਾਰਾ, ਪਰ ਤੀਜੇ ਚਰਨ 'ਚ ਜੰਮੇ ਤਾਂ ਧਨ ਦਾ ਘਾਟਾ ਹੁੰਦਾ ਅਤੇ ਦੁੱਖ ਦਲਿੱਦਰ ਵੱਧਦਾ ਹੈ। ਅਜਿਹੇ ਬੱਚੇ ਦਾ ਨਾਂ ਵੀ ਕਈ ਵਾਰ ਮੂਲਾ ਰੱਖ ਦਿੱਤਾ ਜਾਂਦਾ ਹੈ। ਸਾਡੀ ਪਿਛਲੀ ਗਲੀ 'ਚ ਇੱਕ ਮੁੰਡਾ ਮੂਲਾ ਰਹਿੰਦਾ ਸੀ, ਜੋ ਮੂਲ ਨਛੱਤਰ 'ਚ ਜੰਮਿਆ ਸੀ, ਅਤੇ ਉਹਦੇ ਜੰਮਣ 'ਤੇ ਉਹਦੇ ਮਾਪੇ ਬੜੇ ਘਬਰਾਏ। ਹੁਣੇ ਕੋਈ ਭਾਣਾ ਵਰਤਿਆ ਕਿ ਵਰਤਿਆ ਅਤੇ ਪ੍ਰੋਹਤ ਤੋਂ ਉਪਾਅ ਪੁੱਛਿਆ ਗਿਆ। ਉਹਦੇ ਦੱਸੇ ਅਨੁਸਾਰ 5 ਘੜੇ ਮੰਗਵਾ ਕੇ ਉਹਨਾਂ ਵਿੱਚੋਂ ਕਿਸੇ ਕਿੱਲ ਦੁਆਰਾ 108 ਸੁਰਾਖ ਕੀਤੇ ਗਏ। ਫਿਰ ਇਹਨਾਂ ਘੜਿਆਂ 'ਚ ਪਿੱਪਲ ਬੋੜ, ਤੁਲਸੀ, ਆਂਵਲਾ, ਜੰਡੀ ਸ਼੍ਰੀ ਅਤੇ ਢੱਕ ਦੇ ਪੱਤੇ ਪਾਏ ਗਏ। ਇਹਨਾਂ ਘੜਿਆਂ ਨੂੰ ਇਕੱਠਾ ਟਕਾ ਕੇ ਵਿਚਕਾਰਲੇ ਘੜੇ ਉੱਤੇ ਸੋਨੇ ਦੀ ਤ੍ਰੈਮੂਰਤੀ ਬਣਵਾ ਕੇ ਧਰੀ ਗਈ। ਫਿਰ ਮੂਲੇ ਅਤੇ ਉਹਦੇ ਮਾਂ ਪਿਓ ਨੂੰ ਇਹਨਾਂ ਘੜਿਆਂ ਦੇ ਪਾਣੀ ਨਾਲ ਇਸ਼ਨਾਨ ਕਰਵਾਇਆ ਗਿਆ। ਸੁਰਾਖਾਂ 'ਚੋਂ ਪਾਣੀ ਨੂੰ ਕੱਢ ਕੇ ਪਿੰਡੇ 'ਤੇ ਪਾਇਆ ਗਿਆ। ਹਵਨ ਕਰਕੇ ਸੋਨੇ ਦੀ ਮੂਰਤੀ ਪੰਡਿਤ ਨੂੰ ਦਾਨ ਕੀਤੀ ਗਈ। ਫਕੀਰਾਂ ਅਤੇ ਗਰੀਬਾਂ ਵਿੱਚ ਅੰਨ ਅਤੇ ਕੱਪੜੇ ਵੰਡੇ ਗਏ, ਤਾਂ ਜਾ ਕੇ ਉਸ ਬੱਚੇ ਦੇ ਜੰਮਣ ਦਾ ਗ੍ਰਹਿ ਮਾਪਿਆਂ ਤੋਂ ਟਲਿਆ। ਨਛੱਤਰ ਕਈ ਚਰਨਾਂ 'ਚ ਵੰਡੇ ਹੋਏ ਨੇ ਅਤੇ ਹਰੇਕ ਚਰਨ ਦਾ ਚੰਗਾ ਮੰਦਾ ਪ੍ਰਭਾਵ ਵੱਖੋ ਵੱਖਰਾ ਹੈ। ਜਿਵੇਂ ਜੇਸ਼ਠਾ ਨਛੱਤਰ 10 ਚਰਨਾਂ 'ਚ ਵੰਡਿਆ ਹੋਇਆ ਹੈ, ਅਤੇ ਜੇ ਪਹਿਲੇ ਚਰਨ 'ਚ ਬਾਲ ਜੰਮੇ ਤਾਂ ਮਾਂ 'ਤੇ ਭਾਰਾ, ਦੂਜੇ 'ਚ ਜੰਮੇ ਪਿਓ 'ਤੇ, ਤੀਜੇ 'ਚ ਭਰਾ, ਅਤੇ ਜੇ 5ਵੇਂ ਚਰਨ 'ਚ ਜੰਮੇ ਤਾਂ ਆਪਣੇ ਆਪ 'ਤੇ ਭਾਰਾ ਹੁੰਦਾ ਹੈ। ਕੁਝ ਵਿਸ਼ਵਾਸ ਗ੍ਰਹਿਆਂ ਨਾਲ ਸੰਬੰਧਿਤ ਹਨ। ਗ੍ਰਹਿਆਂ 'ਚ ਸਭ ਤੋਂ ਕਰੂਰ ਗ੍ਰਹਿ ਸਨਿਚਰ ਹੈ, ਜਿਹਦਾ ਗ੍ਰਹਿ 2.5 ਘੜੀਆਂ, 2.5 ਮਹੀਨੇ ਜਾਂ 2.5 ਸਾਲ ਤੱਕ ਰਹਿੰਦਾ ਹੈ। ਇਹਨੂੰ 2.5 ਚੜ੍ਹਨਾ ਕਹਿੰਦੇ ਹੈ। ਅਤੇ ਜੇ ਸਨਿਚਰ ਵਧੇਰੇ ਕ੍ਰੋਧਵਾਨ ਹੋਏ ਤਾਂ ਗ੍ਰਹਿ 3.5, 7.5 ਸਾਲ ਤੱਕ ਰਹਿੰਦਾ ਹੈ, ਜਿਹਨੂੰ 67 ਕਹਿੰਦੇ ਹੈ। ਇਹ ਬੜੇ ਦੁੱਖ ਦਲਿੱਦਰ ਦੀ ਅਵਸਥਾ ਹੈ। ਅਤੇ ਮੰਗਲ ਗ੍ਰਹਿ ਦੇ ਅਸਰ ਹੇਠ ਜੰਮੇ ਬੱਚੇ ਨੂੰ ਮੰਗਲੀਕ ਆਖਦੇ ਹੈ। ਅਜਿਹੇ ਬੱਚੇ ਦਾ ਵਿਆਹ ਮੰਗਲੀਕ ਨਾਲ ਹੋਵੇ ਤਾਂ ਠੀਕ ਹੈ, ਨਹੀਂ ਤਾਂ ਪਤੀ ਪਤਨੀ ਦੋਹਾਂ ਨੂੰ ਬੜੇ ਦੁੱਖ ਦਲਿੱਦਰ ਭੋਗਣੇ ਪੈਂਦੇ ਹੈ। ਸ਼ੁੱਕਰ ਗ੍ਰਹਿ ਨੂੰ ਵਾਟੀਆਂ ਦਾ ਤਾਰਾ ਕਹਿੰਦੇ ਆ, ਅਤੇ ਵਿਆਹ ਦਾ ਮਹੂਰਤ ਕੱਢਣ ਵੇਲੇ ਇਸ ਗ੍ਰਹਿ ਨੂੰ ਉਚੇਚਾ ਧਿਆਨ 'ਚ ਰੱਖਿਆ ਜਾਂਦਾ ਹੈ। ਜੇ ਸ਼ੁੱਕਰ ਤਾਰਾ ਡੁੱਬਾ ਹੋਵੇ ਤਾਂ ਕਿਸੇ ਕੰਨਿਆਂ ਦਾ ਵਿਆਹ ਕਰਨਾ ਜਾਂ ਮੁਕਲਾਵਾ ਤੋਰਨਾ ਅਸ਼ੁੱਭ ਮੰਨਿਆ ਗਿਆ।
ਗ੍ਰਹਿਆਂ ਦੇ ਮੰਦੇ ਪ੍ਰਭਾਵ ਤੋਂ ਬਚਣ ਲਈ ਹਿੰਦੂਆਂ 'ਚ ਸ਼ਾਂਤ ਕਰਵਾਈ ਜਾਂਦੀ ਹੈ ਅਤੇ 9 ਗ੍ਰਹਿਆਂ ਨੂੰ ਪੂਜਿਆ ਜਾਂਦਾ ਹੈ। ਸਨਿਚਰ ਗ੍ਰਹਿ ਨੂੰ ਪਤਿਆਉਣ ਲਈ ਸ਼ਨੀਵਾਰ ਨੂੰ ਡੰਗੋਤਰਿਆਂ ਨੂੰ ਦਾਨ ਦਿੱਤਾ ਜਾਂਦਾ ਹੈ। ਉਹਨਾਂ ਦੇ ਭਾਂਡੇ 'ਚ ਸਰ੍ਹੋਂ ਦਾ ਤੇਲ ਅਤੇ ਤਾਂਬੇ ਦਾ ਪੈਸਾ ਪਾਇਆ ਜਾਂਦਾ ਹੈ। ਤੇਲ 'ਚ ਲੋਹੇ ਦੇ ਪੱਤਰੇ ਦੀ ਮੂਰਤੀ ਕੱਟ ਕੇ ਰੱਖੀ ਹੁੰਦੀ ਹੈ ਜਿਸ ਉੱਪਰ ਸੰਧੂਰ ਧੂੜਿਆ ਹੁੰਦਾ ਹੈ। ਜੇ ਕਿਸੇ ਸ਼ਖਸ 'ਤੇ ਗ੍ਰਹਿ ਹੋਵੇ ਤਾਂ ਉਹ ਤੇਲ 'ਚ ਤਾਂਬੇ ਦਾ ਪੈਸਾ ਸੁੱਟ ਕੇ ਆਪਣਾ ਚਿਹਰਾ ਵੇਖਦਾ ਹੈ। ਸ਼ਨੀ ਨਾਲ ਉਹਦੀ ਪਛਾਣ ਕਾਇਮ ਹੋ ਜਾਣ ਸਦਕਾ ਗ੍ਰਹਿ ਟਲ ਜਾਂਦਾ ਹੈ ਅਤੇ ਸੂਰਜ ਅਤੇ ਚੰਨ ਦੇ ਗ੍ਰਹਿਣ ਵੇਲੇ ਵੀ ਭਾਟੜਿਆਂ ਜਾਂ ਡੰਗੋਤਰਿਆਂ ਨੂੰ ਦਾਨ ਦਿੱਤਾ ਜਾਂਦਾ ਹੈ। ਕਹਿੰਦੇ ਨੇ ਚੰਨ ਅਤੇ ਸੂਰਜ ਨੇ ਲੋੜ ਵੇਲੇ ਡੰਗੋਤਰਿਆਂ ਤੋਂ ਕੁਝ ਰਕਮ ਉਧਾਰ ਫੜੀ ਜੋ ਮੋੜ ਨਾ ਸਕੇ ਅਤੇ ਜਦੋਂ ਡੰਗੋਤਰੇ ਵਿਆਜ ਮੰਗਣ ਆਉਂਦੇ ਆ ਤਾਂ ਚੰਨ ਸੂਰਜ ਆਪਣਾ ਮੂੰਹ ਛੁਪਾ ਲੈਂਦੇ ਆ। ਲੋਕ ਡੰਗੋਤਰਿਆਂ ਨੂੰ ਦਾਨ ਦੇ ਕੇ ਵਿਆਜ ਚੁਕਾ ਦਿੰਦੇ ਆ ਅਤੇ ਚੰਨ ਸੂਰਜ ਫਿਰ ਆਪਣਾ ਮੂੰਹ ਵਿਖਾਉਣ ਜੋਗੇ ਹੋ ਜਾਂਦੇ ਆ। ਗ੍ਰਹਿਣ ਵੇਲੇ ਗਰਭਵਤੀ ਤੀਵੀਂ ਵਾਸਤੇ ਪੈਰਾਂ ਦੇ ਅੰਗੂਠੇ ਅਤੇ ਨਾਲ ਵਾਲੀ ਉਂਗਲੀ 'ਚ ਸੂਤਰ ਦੀ ਅੱਟੀ ਫਸਾ ਕੇ ਚੁੱਪ ਚਾਪ ਲੇਟ ਜਾਣਾ ਜ਼ਰੂਰੀ ਹੈ। ਸੂਤਰ ਉਹਦੇ ਗਰਭ ਦੀ ਰੱਖਿਆ ਕਰਦਾ ਹੈ। ਗ੍ਰਹਿਣ ਵੇਲੇ ਗਰਭਵਤੀ ਜੋ ਵੀ ਕੰਮ ਕਰੇ ਉਹਦਾ ਪ੍ਰਭਾਵ ਗਰਭ ਵਿਚਲੇ ਬਾਲ 'ਤੇ ਜ਼ਰੂਰ ਪੈਂਦਾ ਹੈ ਅਤੇ ਜੇ ਉਹ ਕੋਈ ਚੀਜ਼ ਕੱਟੇ ਤਾਂ ਵੀ ਚਿਹਰੇ ਜਾਂ ਜਿਸਮ 'ਤੇ ਦਾਗ ਪੈ ਜਾਂਦਾ ਹੈ ਅਤੇ ਜੇ ਕਲਮ ਨਾਲ ਕੋਈ ਅੱਖਰ ਲਿਖੇ ਤਾਂ ਬੱਚੇ ਦੇ ਜਿਸਮ 'ਤੇ ਉਹ ਅੱਖਰ ਅੰਕਿਤ ਹੋ ਜਾਂਦਾ ਹੈ। ਗ੍ਰਹਿਣ ਦੇ ਅਸਰ ਹੇਠ ਸਭ ਪੱਕਾ ਰਿੱਧਾ ਪਿੱਟਿਆ ਜਾਂਦਾ ਹੈ ਮੰਨਿਆ ਗਿਆ, ਪਰ ਜੇ ਪੱਕੀ ਰਿੱਧੀ ਚੀਜ਼ ਦੁੱਧ ਦਹੀਂ ਦੇ ਤੇ ਘੜੇ 'ਚ ਤੁਲਸੀ ਦੇ ਪੱਤੇ ਰੱਖ ਦਈਏ ਤਾਂ ਚੀਜ਼ਾਂ ਨਹੀਂ ਭ੍ਰਿਸ਼ਟਦੀਆਂ। ਕੁਝ ਵਿਸ਼ਵਾਸ ਦੇਸ਼ਾ ਅਸੂਲ ਨਾਲ ਵੀ ਸੰਬੰਧਿਤ ਹਨ। ਆਰੰਭ ਕਾਰਜ, ਬਹੁਤ ਸਾਰੇ ਵਿਸ਼ਵਾਸ ਕਿਸੇ ਕਾਰਜ ਦੇ ਆਰੰਭਕ ਛਿਣਾ, ਵਾਤਾਵਰਨ, ਗ੍ਰਹਿ ਸਥਿਤੀ, ਸ਼ਗਨ ਅਪਸ਼ਗਨ ਅਤੇ ਪ੍ਰਾਣੀਆਂ ਦੇ ਪ੍ਰਭਾਵ ਆਦਿ ਨਾਲ ਜੁੜੇ ਹੋਏ ਹਨ। ਇਸ ਵਾਸਤੇ ਹਿੰਦੂ ਵਿਆਹ ਸ਼ਾਦੀ ਅਤੇ ਖਾਸ ਖਾਸ ਸੰਸਕਾਰਾਂ ਸਮੇਂ ਮਕਾਨ ਦੀ ਨੀਂਹ ਖੁਦਵਾਉਣ ਵੇਲੇ ਜਾਂ ਨਵਾਂ ਕੰਮ ਧੰਦਾ ਸ਼ੁਰੂ ਕਰਨ ਸਮੇਂ ਮਹੂਰਤ ਕਢਵਾਉਂਦੇ ਹਨ ਅਤੇ ਮਹੂਰਤ ਵੇਲੇ ਗ੍ਰਹਿਆਂ ਦੀ ਚਾਲ, ਨਫ਼ਰਤ ਨਛੱਤਰਾਂ ਦੀ ਸਥਿਤੀ, ਵਾਰ ਤਿੱਥਾਂ ਅਤੇ ਮਹੀਨਿਆਂ ਨਾਲ ਜੁੜੀ ਭਾਵਨਾ ਧਿਆਨ 'ਚ ਰੱਖੀ ਜਾਂਦੀ ਹੈ। ਮਹੂਰਤ ਪਾਂਧੇ ਤੋਂ ਕਢਵਾਇਆ ਜਾਂਦਾ ਕਿਉਂ ਜੇ ਕਾਫ਼ੀ ਜਟਿਲ ਪ੍ਰਕਿਰਿਆ ਹੈ। ਛੋਟੇ ਛੋਟੇ ਕੰਮਾਂ 'ਚ ਵੀ ਸਮੇਂ ਦੀ ਚਾਲ ਅਤੇ ਆਲਾ ਦੁਆਲਾ ਵਿਚਾਰ ਲਿਆ ਜਾਂਦਾ ਹੈ। ਕਾਰਜ ਦੇ ਆਰੰਭ ਵੇਲੇ ਆਲੇ ਦੁਆਲੇ ਜੋ ਸ਼ਖਸ ਵਿਚਰ ਰਹੇ ਹੋਣ ਉਹਨਾਂ ਦੇ ਨੇਕ ਸੀਰਤ ਜਾਂ ਕਰੂਰ ਸੁਭਾਅ ਦਾ ਅਥਵਾ ਸੋਚ ਦੇ ਪ੍ਰਭਾਵ ਦਾ ਪੈਣਾ ਸਹਿਜ ਮੰਨਿਆ ਗਿਆ। ਇਹ ਵਿਚਾਰ ਸਹਿ ਤੋਂ ਸਹਿ ਦੀ ਉਤਪਤੀ 'ਤੇ ਆਧਾਰਿਤ ਹੈ। ਬੱਚੇ ਨੂੰ ਜੰਮਣ ਮਗਰੋਂ ਪਹਿਲੀ ਖੁਰਾਕ ਗੁੜਤੀ ਕਿਸੇ ਅਜਿਹੇ ਸ਼ਖਸ ਤੋਂ ਦਵਾਈ ਜਾਂਦੀ ਹੈ ਜਿਹਦੀ ਚੰਗੀ ਸਾਖ ਹੋਵੇ, ਜੋ ਰੱਜਾ ਪੁੱਜਾ, ਮਿੱਠ ਬੋਲੜਾ, ਪ੍ਰਤਿਭਾਵਾਨ ਹੋਵੇ ਅਥਵਾ ਜਿਹਦੀ ਖੁਸ਼ਬੂ ਚਾਰ ਚੁਫੇਰੇ ਫੈਲੀ ਹੋਵੇ। ਸ਼ੁਭ ਸੰਸਕਾਰਾਂ ਵੇਲੇ ਲੜਕਾ ਹਮੇਸ਼ਾ ਆਪਣਾ ਸੱਜਾ ਪੈਰ ਅੱਗੇ ਤਰਦਾ ਹੈ। ਮਰਦ ਦੇ ਸੱਜੇ ਪਾਸੇ ਦੇਵ ਸ਼ਕਤੀ ਬਿਰਾਜਮਾਨ ਮੰਨੀ ਗਈ ਹੈ ਅਤੇ ਇਸਤਰੀ ਕੋਈ ਕਾਰਜ ਸ਼ੁਰੂ ਕਰਨ ਵੇਲੇ ਸ਼ਗਨ ਵਜੋਂ ਖੱਬਾ ਪੈਰ ਅੱਗੇ ਰੱਖ ਕੇ ਤੁਰਦੀ ਹੈ ਕਿਉਂ ਜੋ ਇਸਤਰੀ ਦੇ ਖੱਬੇ ਪਾਸੇ ਵੱਲ ਦੇਵੀ ਸ਼ਕਤੀ ਬਿਰਾਜਮਾਨ ਹੈ। ਆਰੰਭ ਕਾਜ ਬਾਰੇ ਚਾਰ ਤਰ੍ਹਾਂ ਦੇ ਸ਼ਗਨ ਖਾਸ ਤੌਰ 'ਤੇ ਪ੍ਰਚਲਿਤ ਹੈ। ਬਾਉਣੀ, ਨਾਨਾ ਜੀ ਅਖਾਣ ਪਾਇਆ ਕਰਦੇ, ਹੱਟੀ ਲਈ ਬਾਉਣੀ ਅਤੇ ਜੱਟੀ ਲਈ ਭੋਖਾ। ਭਾਵ ਜੇ ਬਾਉਣੀ ਚੰਗੀ ਹੋ ਜਾਏ ਤਾਂ ਸਾਰਾ ਦਿਨ ਗਾਹਕਾਂ ਦੀ ਭੀੜ ਰਹਿੰਦੀ ਹੈ ਅਤੇ ਜੇ ਚੰਗੇ ਆਦਮੀ ਦਾ ਭੋਖਾ ਪਏ ਤਾਂ ਸਾਰਾ ਦਿਨ ਜੱਟੀ ਦਾ ਕੰਮ 'ਚ ਜੀ ਲੱਗਾ ਰਹਿੰਦਾ ਹੈ। ਦੁਕਾਨਦਾਰ ਜਿਸ ਗਾਹਕ ਅੱਗੇ ਹੱਟੀ ਦੀ ਪਹਿਲੀ ਚੀਜ਼ ਵੇਚੇ ਉਹ ਉਹਦੀ ਬਾਉਣੀ ਸਮਝੀ ਜਾਂਦੀ ਹੈ। ਧਾਰਨਾ ਹੈ ਕਿ ਬਾਉਣੀ ਦਾ ਪ੍ਰਭਾਵ ਸਾਰੇ ਦਿਨ ਦੀ ਵਿਕਰੀ 'ਤੇ ਪੈਂਦਾ ਹੈ। ਇਸੇ ਲਈ ਦੁਕਾਨਦਾਰ ਪਹਿਲੇ ਗਾਹਕ ਨਾਲ ਹਲੀਮੀ ਨਾਲ ਪੇਸ਼ ਆਉਂਦਾ, ਬਹਿਸ ਨਹੀਂ ਕਰਦਾ, ਪਹਿਲੇ ਗਾਹਕ ਨੂੰ ਉਹ ਵਸੇ ਵਸੇ ਵਾਪਸ ਨਹੀਂ ਜਾਣ ਦਿੰਦਾ ਅਤੇ ਭਾਵੇਂ ਉਹਨੂੰ ਬਹੁਤ ਥੋੜ੍ਹਾ ਮੁਨਾਫਾ ਕਿਉਂ ਨਾ ਮਿਲਦਾ ਹੋਵੇ। ਪਹਿਲੇ ਗਾਹਕ ਦੀ ਸ਼ਖਸੀਅਤ ਦਾ ਦੈਵੀ ਜਾਂ ਕਰੂਰ ਪਰਛਾਵਾਂ ਸਾਰਾ ਦਿਨ ਉਸ ਦੁਕਾਨ 'ਤੇ ਮੰਡਲਾਉਂਦਾ ਰਹਿੰਦਾ ਅਤੇ ਚੰਗਾ ਮੰਦਾ ਪ੍ਰਭਾਵ ਬਣਿਆ ਰਹਿੰਦਾ। ਇਹ ਮੱਧਕਾਲੀ ਵਿਚਾਰ ਅਜੋਕੀ ਵਿਗਿਆਨਕ ਅਤੇ ਉਦਯੋਗਿਕ ਪ੍ਰਗਤੀ ਦੇ ਬਾਵਜੂਦ ਵੀ ਸਾਡੀ ਸੋਚ 'ਤੇ ਛਾਇਆ ਹੋਇਆ। ਭੁੱਖਾ, ਕਿਸੇ ਕਾਰਜ ਦੇ ਆਰੰਭ ਵੇਲੇ ਉੱਗੜਵੇਂ ਰੂਪ 'ਚ ਹਾਜ਼ਰ ਵਿਅਕਤੀ ਦੇ ਚੰਗੇ ਮੰਦੇ ਪ੍ਰਭਾਵ ਨੂੰ ਭੁੱਖਾ ਕਹਿੰਦੇ ਹੈ। ਇੱਕ ਤਰ੍ਹਾਂ ਦਾ ਸ਼ਗਨ ਵਿਚਾਰਨਾ ਜੋ ਜ਼ਿਆਦਾਤਰ ਤੀਵੀਆਂ 'ਚ ਪ੍ਰਚਲਿਤ ਹੈ। ਜਦੋਂ ਕੋਈ ਸੁਹਾਣੀ ਕਿਸੇ ਕੰਮ ਨੂੰ ਆਰੰਭਦੀ ਹੈ ਤਾਂ ਪਹਿਲਾਂ ਚੰਗੇ ਪ੍ਰਭਾਵ ਵਾਲੇ ਬੰਦੇ ਦਾ ਭੁੱਖਾ ਲੈਂਦੀ ਹੈ। ਭੁੱਖਾ ਨਿੱਕੇ ਵੱਡੇ, ਛੋਟੀ ਜਾਂ ਲੰਮੀ ਅਵਧੀ ਲਈ ਛੋਹੇ ਹਰ ਤਰ੍ਹਾਂ ਦੇ ਕੰਮ ਦੇ ਆਰੰਭ 'ਚ ਲੈਣ ਦੀ ਰੀਤ ਹੈ। ਭੁੱਖੇ ਉੱਤੇ ਉਸ ਕੰਮ ਦੀ ਪੂਰਨਤਾ ਅਤੇ ਨਿਰਵਿਘਨਤਾ ਨਿਰਭਰ ਹੈ। ਸਵੇਰੇ ਦੁੱਧ ਰਿੜਕਣ ਵੇਲੇ, ਦੁਪਹਿਰੀ ਚਰਖਾ ਡਾਉਣ ਵੇਲੇ ਜਾਂ ਕਢਾਈ ਦਾ ਕੋਈ ਕੰਮ ਕਾਜ ਛੋਣ ਲੱਗਿਆਂ ਸੁਹਾਣੀਆਂ ਪਹਿਲਾਂ ਭੁੱਖਾ ਲੈਂਦੀਆਂ। ਭੁੱਖੇ ਲਈ ਕੋਈ ਉਚੇਚ ਨਹੀਂ ਕੀਤਾ ਜਾਂਦਾ। ਸੁਹਾਣੀ ਜਦੋਂ ਕੋਈ ਕੰਮ ਛੋਣ ਲੱਗੇ, ਜਿਹੜਾ ਪਹਿਲਾ ਬੰਦਾ ਉੱਥੇ ਆ ਖੜਾ ਹੋਵੇ ਜਾਂ ਹਾਜ਼ਰ ਬੈਠੇ ਲੋਕਾਂ 'ਚ ਪਹਿਲਾਂ ਖੜਾ ਹੋ ਜਾਏ, ਉਸੇ ਦਾ ਭੁੱਖਾ ਹੋ ਜਾਂਦਾ। ਉਹਦਾ ਪ੍ਰਭਾਵ ਰਹੱਸਮਈ ਢੰਗ ਨਾਲ ਕੰਮ ਦੀ ਗਤੀ, ਖੂਬਸੂਰਤੀ ਜਾਂ ਵਾਫੜਤਾ 'ਤੇ ਪੈਂਦਾ ਹੈ। ਜਿਸ ਤਰ੍ਹਾਂ ਦਾ ਉਹ ਵਿਅਕਤੀ ਹੋਵੇ, ਉਸੇ ਤਰ੍ਹਾਂ ਦੀ ਕੰਮ ਦੀ ਗਤੀ। ਜੇ ਉਹ ਬੰਦਾ ਆਲਸੀ ਹੈ ਤਾਂ ਕੰਮ ਮੁੱਕੇਗਾ ਹੀ ਨਹੀਂ ਅਤੇ ਜਾਂ ਫਿਰ ਬਾਰ ਬਾਰ ਵਿਗੜੇਗਾ। ਦੁੱਧ ਰਿੜਕਦਿਆਂ ਜੇ ਕਿਸੇ ਸ਼ੂਮ ਜਾਂ ਦਲਿੱਦਰੀ ਦਾ ਭੁੱਖਾ ਪੈ ਜਾਏ ਤਾਂ ਮੱਖਣ ਘੱਟ ਚੜ੍ਹੇਗਾ। ਤੀਵੀਆਂ ਚਰਖਾ ਕੱਤਦਿਆਂ ਕਈ ਵਾਰ ਗੱਲਾਂ ਕਰਦੀਆਂ, ਮੈਂ ਸਵੇਰੇ ਕੰਮ ਛੋਇਆ ਹੀ ਸੀ ਕਿ ਅਚਾਨਕ ਵਿਹੜੇ 'ਚ ਬਰਕਤਾਂ 'ਚ ਮਿਆਰੀ ਆ ਖੜੀ ਹੋਈ।
ਉਹਦਾ ਭੁੱਖਾ ਬੜਾ ਚੰਗਾ ਹੁੰਦਾ ਹੈ। ਵਿਚਾਰੀ ਨੂੰ ਸਾਰਾ ਦਿਨ ਕੰਮ ਹੱਥੋਂ ਵਿਹਲ ਹੀ ਨਹੀਂ ਮਿਲਦੀ ਅਤੇ ਮੇਰਾ ਦਿਲ ਵੀ ਅੱਜ ਕੰਮ 'ਚ ਵਾਹਵਾ ਲੱਗਾ ਰਿਹਾ। ਇੱਕ ਗੁਟਕ ਦੀ ਨਹੀਂ ਮੈਂ ਭੁੱਖਾ ਤਾਂ ਵੱਡੀ ਬੇਜੀ ਦਾ ਲਿਆ ਸੀ, ਪਰ ਅੱਜ ਤੰਦ ਟੁੱਟ ਟੁੱਟ ਪੈਂਦੀ ਹੈ। ਸਾਰੇ ਕਹਿੰਦੇ ਨੇ ਬੇਜੀ ਦਾ ਭੁੱਖਾ ਚੰਗਾ ਹੁੰਦਾ, ਪਰ ਮੈਨੂੰ ਤਾਂ ਨਹੀਂ ਫਲਿਆ। ਦੂਜੀ ਨਿੰਮੋ ਝੂਣ ਹੋਈ ਬੋਲਦੀ, ਕਿਸੇ ਦਲਿੱਦਰੀ ਦੇ ਭੁੱਖੇ ਤੋਂ ਬਚਣ ਲਈ ਕਈ ਸਵਾਣੀਆਂ ਕੰਮ ਛੋਹ ਕੇ ਖੁਦ ਹੀ ਆਪਣਾ ਭੁੱਖਾ ਲੈ ਲੈਂਦੀਆਂ। ਭਾਬੀ ਜੀ ਮਤਲਬ ਮਾਤਾ ਜੀ ਹਮੇਸ਼ਾ ਆਪਣਾ ਹੀ ਭੁੱਖਾ ਲਿਆ ਕਰਦੇ ਸੀ। ਜਦੋਂ ਦੁੱਧ ਰਿੜਕਣ ਬੈਠਦੇ ਜਾਂ ਚਰਖਾ ਕੱਤਣ ਲਈ ਪੂਣੀ ਫੜਦੇ ਤਾਂ ਇੱਕ ਅੱਧ ਗੇੜਾ ਮਾਰ ਕੇ ਜਾਂ ਦੋ ਕੁ ਤੰਦਾਂ ਕੱਤ ਕੇ ਖੁਦ ਖੜ੍ਹੇ ਹੋ ਜਾਂਦੇ। ਇਸ ਤਰ੍ਹਾਂ ਭੁੱਖਾ ਆਪਣਾ ਪੈਂਦਾ ਅਤੇ ਆਪਣੀ ਸਮਰੱਥਾ ਅਤੇ ਸ਼ਖਸੀਅਤ ਕੰਮ ਉੱਤੇ ਭਾਰੂ ਹੁੰਦੀ ਹੈ। ਛੋਟੇ ਹੁੰਦਿਆਂ ਕਈ ਵਾਰ ਜਦੋਂ ਕੋਈ ਤੀਵੀਂ ਭੁੱਖਾ ਲੈਣ ਲੱਗਦੀ ਤਾਂ ਮੈਂ ਦਾਲ ਆ ਕੇ ਉੱਥੇ ਜਾ ਖੜ੍ਹਾ ਹੁੰਦਾ। ਅਸਲ 'ਚ ਮੈਂ ਕੰਮ ਉੱਤੇ ਆਪਣੇ ਭੁੱਖੇ ਦਾ ਪ੍ਰਭਾਵ ਵੇਖਣਾ ਚਾਹੁੰਦਾ ਸੀ। ਕਈ ਵਾਰ ਮੇਰਾ ਭੁੱਖਾ ਚੰਗਾ ਸਿੱਧ ਹੁੰਦਾ ਅਤੇ ਕਈ ਵਾਰ ਮਾੜਾ। ਭਾਬੀ ਜੀ ਚਾਟੀ 'ਚ ਬੰਧਾਣੀ ਪਾ ਕੇ ਰਿੜਕਣ ਲੱਗਦੇ ਕਿ ਉਹਨਾਂ ਦੇ ਉੱਠਣ ਤੋਂ ਪਹਿਲਾਂ ਮੈਂ ਜਾ ਖੜ੍ਹਾ ਹੁੰਦਾ। ਭਾਬੀ ਜੀ ਗੁੱਸੇ ਨਾਲ ਅੱਖਾਂ ਕੱਢਦੇ, ਮੈਨੂੰ ਘੂਰਦੇ ਅਤੇ ਬਾਊ ਜੀ ਅੱਗੇ ਸ਼ਿਕਾਇਤ ਵੀ ਕਰਦੇ। ਵੇਖੋ ਇਸ ਸ਼ਰਾਰਤੀ ਨੇ ਜਾਣ ਬੁੱਝ ਕੇ ਆਪਣਾ ਭੁੱਖਾ ਦੇ ਦਿੱਤਾ, ਅੱਜ ਮੱਖਣ ਨਹੀਂ ਚੜ੍ਹਨਾ। ਪਰ ਬਾਊ ਜੀ ਸਿੰਘ ਸਭੀਏ ਹੋਣ ਕਰਕੇ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਸੀ ਰੱਖਦੇ। ਉਹ ਮੁਸਕਰਾਉਂਦੇ ਹੋਏ ਇੰਨਾ ਹੀ ਕਹਿੰਦੇ, ਕਿਉਂ ਸ਼ਰਾਰਤਾਂ ਕਰਦਾ ਹੈ ਅਤੇ ਮਾਂ ਨੂੰ ਸਤਾਉਣਾ? ਅਤੇ ਕਈ ਵਾਰ ਰੱਬ ਸਬੱਬੀ ਮੇਰੇ ਭੁੱਖੇ 'ਤੇ ਮੱਖਣ ਘੱਟ ਚੜ੍ਹਦਾ ਤਾਂ ਮੈਨੂੰ ਉਸ ਦਿਨ ਰੋਟੀ ਨਾਲ ਮੱਖਣ ਨਾ ਦਿੱਤਾ ਜਾਂਦਾ। ਕਦੇ ਕਦੇ ਮੇਰਾ ਭੁੱਖਾ ਬਹੁਤ ਚੰਗਾ ਸਿੱਧ ਹੁੰਦਾ। ਇੱਕ ਵਾਰ ਬੇਜੀ ਚਰਖਾ ਕੱਤਣ ਬੈਠੇ ਤਾਂ ਮੈਂ ਝੱਟ ਖੜ੍ਹਾ ਹੋ ਗਿਆ। ਉਹ ਹੱਸਦੇ ਹੋਏ ਕਹਿਣ ਲੱਗੇ, ਅੱਛਾ ਦੋਤਰੇ ਨਾ ਭੁੱਖਾ ਹੀ ਸਹੀ, ਦੋਤਰੇ ਨਾਨੀ ਦਾ ਤਾਂ ਸੱਤੀ ਪੀੜ੍ਹੀ ਵੈਰ ਹੋਣਾ, ਅੱਜ ਤੈਂਡਾ ਭੁੱਖਾ ਵੀ ਤੱਕ ਘਿੰਨਦੀ ਹਾਂ। ਅਤੇ ਉਸ ਦਿਨ ਨਾਨੀ ਜੀ ਨੇ ਜਿੰਨੇ ਮੁੰਡੇ ਲਾਏ ਉਹਨੇ ਪਹਿਲਾਂ ਕਦੇ ਇੱਕ ਦਿਨ ਨਹੀਂ ਸਨ ਲੱਥੇ। ਉਸ ਦਿਨ ਮੇਰੇ ਨਾਨਾ ਜੀ ਮਾਮਾ ਜੀ ਨੂੰ ਨਾਲ ਲੈ ਕੇ ਜੇਲ੍ਹ ਮੰਗਾਏ ਸਨ ਅਤੇ ਰਾਤੀ ਬੜੀ ਦੇਰ ਨਾਲ ਪਰਤੇ ਅਤੇ ਸਵੇਰ ਦਾ ਚਰਖਾ ਡਾਹਿਆ। ਨਾਨੀ ਜੀ ਉਡੀਕਦੇ ਰਾਤ ਤੱਕ ਚਰਖਾ ਕੱਤਦੇ ਰਹੇ। ਸੋ ਭੁੱਖਾ ਕਿਉਂ ਨਾ ਚੰਗਾ ਹੁੰਦਾ? ਉਦੋਂ ਤੋਂ ਨਾਨੀ ਜੀ ਹਮੇਸ਼ਾ ਮੇਰਾ ਭੁੱਖਾ ਲੈਂਦੇ, ਮਹਿੰਗੀ ਤਾਂ ਦੋਤਰੇ ਨਾ ਭੁੱਖਾ ਫੜਨਾ, ਬਸ ਜਿੰਨਾ ਕੰਮ ਕਰੀ ਵੰਝਾ ਥੱਕਣੀ ਨਾ ਅਤੇ ਨਾ ਕੰਮ ਛੱਡਣੇ ਅੰਜੀ ਕਰਨਾ ਮੱਥੇ ਲੱਗਣਾ। ਪਿੰਡ 'ਚ ਇੱਕ ਹੋਰ ਚੰਗਾ ਸ਼ਗਨ ਕਿਸੇ ਨੇਕ ਸੀਰਤ ਅਤੇ ਧਰਮਾਤਮਾ ਬੰਦੇ ਦੇ ਮੱਥੇ ਲੱਗਣ ਦਾ। ਸਵੇਰੇ ਜਾਗਦੇ ਸਾਰ ਜਿਹੜਾ ਬੰਦਾ ਪਹਿਲਾਂ ਮੱਥੇ ਲੱਗੇ ਉਹਦਾ ਪ੍ਰਭਾਵ ਸਾਰਾ ਦਿਨ ਰਹਿੰਦਾ। ਕਈ ਲੋਕ ਤਾਂ ਸਵੇਰੇ ਮੰਜੇ ਤੋਂ ਉੱਠਦੇ ਸਾਰ ਅੱਖਾਂ ਮੀਟੀ ਸਿੱਧੇ ਆਪਣੇ ਇਸ਼ਟ ਦੀ ਤਸਵੀਰ ਜਾਂ ਮੂਰਤੀ ਕੋਲ ਜਾ ਕੇ ਅੱਖਾਂ ਖੋਲ੍ਹਦੇ ਤਾਂ ਜੋ ਸਾਰਾ ਦਿਨ ਸੁਖਾਵਾਂ ਬੀਤੇ। ਅਤੇ ਨਾਨਾ ਜੀ ਸਵੇਰੇ ਜਾਗ ਕੇ ਪਹਿਲਾਂ ਕਿਸੇ ਬੱਚੇ ਦੇ ਮੂੰਹ ਲੱਗਣਾ ਪਸੰਦ ਕਰਦੇ ਸੀ। ਬੱਚੇ ਨਿਰਛਲ ਹੁੰਦੇ ਨੇ, ਉਹ ਕਿਹਾ ਕਰਦੇ, ਬੱਚੇ ਦੇ ਮੱਥੇ ਲੱਗੀਏ ਤਾਂ ਸਾਰੀ ਦਿਹਾੜੀ ਸੁਖਾਵੀਂ ਅਤੇ ਸਹਿਜੇ ਗੁਜ਼ਰ ਜਾਂਦੀ ਹੈ। ਅਤੇ ਪਿਛਲੀ ਗਲੀ 'ਚ ਰਹਿੰਦਾ ਚਾਚਾ ਲੱਭਾ ਹਮੇਸ਼ਾ ਸੋਫੇ 'ਚ ਜਾ ਕੇ ਲਕਸ਼ਮੀ ਦੇਵੀ ਦੇ ਅੱਗੇ ਅੱਖਾਂ ਖੋਲ੍ਹਦਾ ਤਾਂ ਜੋ ਸਾਰੇ ਦਿਨ ਹੱਟੀ ਉੱਤੇ ਗਾਹਕਾਂ ਦੀ ਭਰਮਾਰ ਰਹੇ ਅਤੇ ਛਣ ਛਣ ਕਰਦੀ ਲਕਸ਼ਮੀ ਆਉਂਦੀ ਰਹੇ। ਪਰ ਜਿਸ ਦਿਨ ਹੱਟੀ 'ਤੇ ਕੋਈ ਗਾਹਕ ਨਾ ਚੜ੍ਹਦਾ ਤਾਂ ਉਹ ਪਰੇਸ਼ਾਨ ਹੋਇਆ ਘਰ ਪਰਤਦਾ ਅਤੇ ਕਹਿੰਦਾ, ਸਵੇਰੇ ਮੱਥੇ ਤਾਂ ਮੈਂ ਲਕਸ਼ਮੀ ਦੇ ਹੀ ਲੱਗਾ ਸਾਂ, ਪਰ ਅੱਜ ਦਮੜੀ ਇੱਕ ਨਹੀਂ ਵੱਟੀ। ਕਿਸੇ ਹੱਟੀ ਨੂੰ ਬੰਨ੍ਹ ਦਿੱਤਾ ਹੋਣਾ, ਟੂਣੇ ਨਾਲ ਬੱਧੀ ਹੋਈ ਹੱਟੀ ਉੱਤੇ ਗਾਹਕ ਨਹੀਂ ਚੜ੍ਹਨਾ, ਉਹਦੀ ਪਤਨੀ ਕਹਿੰਦੀ। ਫਿਰ ਉਹ ਮਿਰਚਾਂ ਤੋਂ ਖਾ ਕੇ ਹੱਟੀ ਦੇ ਅੰਦਰ ਬਾਹਰ ਗੇੜੇ ਕੱਢਦੀ, ਧੂਪ ਤੋਂ ਖਾਂਦੀ, ਸੱਤ ਹੋਰ ਖੇਖਣ ਕਰਦੀ ਤਾਂ ਜਾ ਕੇ ਬੰਨ੍ਹੀ ਹੋਈ ਹੱਟੀ ਖੁੱਲ੍ਹਦੀ। ਸਵੇਰੇ ਸਵੇਰੇ ਦਲਿਤ ਜਾਂ ਕਮੀ ਕਮੀਣ ਦੇ ਮੱਥੇ ਲੱਗਣਾ ਵੀ ਚੰਗਾ ਸ਼ਗਨ ਹੈ। ਇਹ ਲੋਕ ਮਿਹਨਤੀ ਹੁੰਦੇ ਨੇ, ਕਿਰਤ ਕਰਮ 'ਚ ਜੀ ਜਾਨ ਮਾਰਨ ਵਾਲੇ। ਇਸ ਵਾਸਤੇ ਅਜਿਹੇ ਬੰਦੇ ਦੇ ਮੱਥੇ ਲੱਗਣ ਨਾਲ ਕਿਰਤ ਕਰਮ 'ਚ ਵਾਧਾ ਹੁੰਦਾ ਹੈ। ਘਰੋਂ ਬਾਹਰ ਨਿਕਲਦੇ ਸਾਰ ਜੇ ਕੋਈ ਚੰਗਾ ਬੰਦਾ ਮੱਥੇ ਲੱਗੇ ਤਾਂ ਸਫਲਤਾ ਮਿਲਦੀ ਹੈ ਅਤੇ ਸਭ ਕੰਮ ਰਾਸ ਹੁੰਦੇ ਨੇ। ਅਤੇ ਜਦੋਂ ਕੋਈ ਸ਼ਖਸ ਜ਼ਰੂਰੀ ਕੰਮ ਵਾਸਤੇ ਘਰੋਂ ਬਾਹਰ ਨਿਕਲਣ ਲੱਗੇ ਤਾਂ ਮੱਥੇ ਲੱਗਣ ਦਾ ਸ਼ਗਨ ਖੁਦ ਵੀ ਸਿਰਜ ਲਿਆ ਜਾਂਦਾ। ਜਦੋਂ ਕਦੇ ਨਾਨਾ ਜੀ ਨੇ ਜੇਲ੍ਹਵਾਂ ਕਿਸੇ ਕੰਮ ਜਾਣਾ ਹੁੰਦਾ ਤਾਂ ਨਾਨੀ ਜੀ ਕਿਸੇ ਛੋਟੇ ਜਿਹੇ ਬੱਚੇ ਨੂੰ ਪਾਣੀ ਦਾ ਭਰਿਆ ਕਟੋਰਾ ਦੇ ਕੇ ਬਾਹਰ ਭੇਜ ਦਿੰਦੇ। ਜਿਉਂ ਹੀ ਨਾਨਾ ਜੀ ਮੁਹਾੜ ਤੋਂ ਬਾਹਰ ਪੈਰ ਰੱਖਦੇ ਬੱਚਾ ਅੱਗੋਂ ਪਾਣੀ ਲੈ ਕੇ ਮੱਥੇ ਲੱਗਦਾ। ਫਿਰ ਬੇਜੀ ਨੂੰ ਪਤਾ ਲੱਗਾ ਕਿ ਜੇ ਕੰਨਿਆਂ ਮੱਥੇ ਲੱਗੇ ਤਾਂ ਘਰ ਲੱਛਮੀ ਆਉਂਦੀ ਹੈ। ਅਤੇ ਨਾਨਾ ਜੀ ਜਦੋਂ ਉਗਰਾਹੀ ਕਰਨ ਲਈ ਨਿਕਲਦੇ, ਨਾਨੀ ਜੀ ਮੇਰੀ ਭੈਣ ਹੱਥ ਕਟੋਰਾ ਦੇ ਕੇ ਭੇਜਦੇ। ਪੈੜ ਨਾਲ ਵੀ ਸ਼ਗਨ ਅਪਸ਼ਗਨ ਵਾਚਿਆ ਜਾਂਦਾ ਹੈ। ਪੈੜ ਦਾ ਸੰਬੰਧ ਸਫ਼ਰ ਨਾਲ ਹੈ। ਸਫ਼ਰ ਵੇਲੇ ਜਿਸ ਤਰ੍ਹਾਂ ਦਾ ਦ੍ਰਿਸ਼ਟਮਾਨ ਸਾਹਮਣੇ ਆਵੇ, ਜਨੌਰਾਂ ਦੀ ਚਹਿਕ ਉਡਾਰੀ ਅਤੇ ਦਿਸ਼ਾ ਸਥਿਤੀ ਅਤੇ ਪੰਧ 'ਤੇ ਮਿਲੇ ਦੂਜੇ ਮੁਸਾਫਰਾਂ ਦੇ ਮੱਥੇ ਲੱਗਣ ਦਾ ਪ੍ਰਭਾਵ ਪੈੜ ਅਖਵਾਉਂਦਾ ਹੈ। ਪੈੜ ਦਾ ਪ੍ਰਭਾਵ ਸਹਿਜ ਰੂਪ 'ਚ ਮੁਸਾਫਰ ਦੇ ਪੰਧ 'ਤੇ ਪੈਂਦਾ। ਜੇ ਰਾਹ 'ਚ ਘੋੜਾ ਜਾਂ ਘੋੜਸਵਾਰ ਮਿਲ ਜਾਏ ਤਾਂ ਸਫ਼ਰ ਸੁਖਾਵਾਂ ਅਤੇ ਮੰਤਵ ਦੀ ਸਿੱਧੀ ਹੁੰਦੀ ਹੈ। ਨਾਨਾ ਜੀ ਕਿਹਾ ਕਰਦੇ, ਸੂਰਜ ਦੇਵਤਾ ਤਾਂ ਘੋੜੇ ਦੇ ਸਵਾਰ ਹੋਈ ਕਹਿ ਸਾਰੀ ਸੰਸਾਰਨੀ ਯਾਤਰਾ ਕਰਕੇ ਨਦਾ। ਸਫ਼ਰ 'ਚ ਜੇ ਰਾਹ 'ਚ ਘੋੜਾ ਮਿਲ ਵੰਝੇ ਜਾਂ ਉਸਨੀ ਪੈੜ ਦਿਸ ਪਵੇ ਤਾਂ ਜਾਣ ਲਓ ਫਿਰ ਭਈ ਸਫ਼ਰ 'ਚ ਕਾਮਯਾਬੀ ਹੋ ਸੀ। ਅਤੇ ਜੇ ਕਾਲਾ ਕੁੱਤਾ ਜਾਂ ਸੱਪ ਮਿਲ ਜਾਏ ਤਾਂ ਚੰਗਾ ਨਹੀਂ ਹੁੰਦਾ। ਕਾਲਾ ਕੁੱਤਾ ਭੈਰੋਂ ਦਾ ਵਾਹਨ ਹੈ, ਦੂਜਾ ਇਸ ਨਾਲ ਯਮ ਦਾ ਸੰਕਲਪ ਜੁੜਿਆ ਹੋਇਆ। ਕੁੱਤੇ ਦਾ ਹਵਾਂਕਣਾ ਰੋਣਾ ਮੌਤ ਦੀ ਅਗਾਊਂ ਸੂਚਨਾ ਹੈ। ਅਜਿਹੇ ਜਾਨਵਰ ਦੀ ਪੈੜ ਕਿਵੇਂ ਸੁਖਾਵੀਂ ਹੋ ਸਕਦੀ ਹੈ? ਸੱਪ ਵੀ ਮਨੁੱਖ ਦਾ ਵੈਰੀ ਹੈ।
ਦੋਵਾਂ ਦਾ ਧੁਰੋਂ ਵੈਰ ਹੈ। ਸੱਪ ਚੁਪਲੇ ਆਦਮੀ ਨੂੰ ਡਸ ਜਾਂਦਾ ਹੈ ਅਤੇ ਅਜਿਹਾ ਜੀ ਮਨੁੱਖ ਦੀ ਮਨੁੱਖਤਾ ਹਮਾਇਤੀ ਕਿਵੇਂ ਹੋ ਸਕਦਾ ਹੈ। ਸੱਪ ਅੱਗੇ ਲੰਘ ਜਾਏ ਤਾਂ ਜਾਣ ਦਿਓ, ਜਾਣ ਲਓ ਕਿ ਦੂਤੀ ਅਤੇ ਦੁਖੀ ਤੁਹਾਡਾ ਰਾਹ ਮੱਲੀ ਬੈਠੇ ਨੇ। ਪਰ ਜੇ ਸੱਪ ਨੂੰ ਮਾਰ ਦਿਓ ਤਾਂ ਸ਼ੁਭ ਹੈ, ਇਹਦਾ ਭਾਵ ਹੈ ਕਿ ਦੁਖੀ ਅਧੀਨਗੀ ਕਬੂਲ ਕਰ ਲੈਣਗੇ। ਅਤੇ ਜੇ ਸੱਪ ਮੋਇਆ ਹੋਇਆ ਮਿਲੇ ਜਾਂ ਦੋ ਸੱਪ ਆਪੋ 'ਚ ਲੜਦੇ ਮਿਲਣ ਤਾਂ ਵੀ ਚੰਗਾ ਸ਼ਗਨ ਹੈ, ਇਹਦਾ ਭਾਵ ਹੈ ਕਿ ਦੁਖੀ ਆਪੋ ਵਿੱਚ ਲੜ ਮਰਨਗੇ। ਗਧਾ ਬੋਝ ਨੂੰ ਢੋਣ ਵਾਲਾ ਲਿੱਸਾ ਜਾਨਵਰ ਹੈ, ਇਹਦੀ ਪੈੜ ਕੁਝ ਹਾਲਤਾਂ ਵਿੱਚ ਹੀ ਸੁਖਾਵੀ ਹੈ। ਜੇ ਗਧਾ ਖੱਬੇ ਪਾਸੇ ਵੱਲ ਹਿੰਗੇ ਜਾਂ ਖੱਬੇ ਪਾਸੇ ਭਾਰ ਨਾਲ ਲੱਦਿਆ ਮਿਲੇ ਤਾਂ ਚੰਗਾ, ਸੱਜੇ ਪਾਸੇ ਮਿਲੇ ਮੰਦਾ। ਗਊ ਵੱਛੇ ਨੂੰ ਦੁੱਧ ਪਿਆਉਂਦੀ ਮਿਲੇ ਤਾਂ ਸ਼ੁੱਭ, ਗਊ ਮਾਤਾ ਵੱਛੇ ਨੂੰ ਦੁੱਧ ਵਰਗੀ ਨਿਆਮਤ ਭੇਟ ਕਰ ਰਹੀ ਹੈ, ਸੋ ਸਫ਼ਰ ਲਾਭਦਾਇਕ ਰਹੇਗਾ। ਬਿੱਲੀ ਦੀ ਪੈੜ ਮਨਹੂਸ ਮੰਨੀ ਗਈ ਹੈ, ਬਿੱਲੀ ਪਰੋਤਣੀ ਜੋ ਹੋਈ, ਲਾਲਚਣ ਅਤੇ ਮਿੱਸੀ, ਅਛੋਪਲੇ ਦੁੱਧ ਪੀ ਜਾਣ ਵਾਲੀ, ਇਹਦੀ ਪੈੜ ਸ਼ੁੱਭ ਕਿਵੇਂ ਹੋ ਸਕਦੀ ਹੈ। ਗਿੱਦੜ ਸੱਜੇ ਵੱਲ ਮਿਲੇ ਤਾਂ ਚੰਗਾ, ਹਿਰਨਾਂ ਦੀ ਡਾਰ ਜੇ ਸੱਜੇ ਹੱਥ ਜਾਂਦੀ ਵਿਖਾਈ ਦੇ ਤਾਂ ਚੰਗੀ, ਸੱਜਾ ਪਾਸਾ ਮਰਦ ਲਈ ਦੋਸਤੀ ਦਾ ਚਿੰਨ੍ਹ ਹੈ। ਪੰਛੀਆਂ ਨਾਲ ਵੀ ਕੁਝ ਵਿਚਾਰ ਜੁੜੇ ਹਨ, ਤਿੱਤਰ ਸੱਜੇ ਪਾਸੇ ਵੱਲ ਮਿਲੇ ਤਾਂ ਚੰਗਾ ਪਰ ਖੱਬੇ ਪਾਸੇ ਮਿਲੇ ਮਾੜਾ। ਉੱਲੂ ਦੀ ਪੈੜ ਮਨਹੂਸ ਮੰਨੀ ਗਈ ਹੈ, ਉਹ ਤਾਂ ਹਮੇਸ਼ਾ ਉਜਾੜ ਭਾਲਦਾ ਹੈ, ਇਹ ਕਦੇ ਕਿਸੇ ਮੁਸਾਫਰ ਦਾ ਭਲਾ ਨਹੀਂ ਚਾਹੁੰਦਾ। ਸਫ਼ਰ 'ਚ ਮਨੁੱਖਾਂ ਦੀ ਪੈੜ ਵੀ ਵਿਚਾਰ ਗੋਚ ਰਿਹਾ ਹੈ, ਕਾਣਾ ਲੂਲਾ ਅਤੇ ਲੰਗੜਾ ਆਦਮੀ ਮਿਲੇ ਤਾਂ ਚੰਗਾ ਨਹੀਂ ਹੁੰਦਾ, ਕਿ ਉਹ ਜੋ ਅੰਗਾਂ ਦੇ ਭੰਗ ਹੋਣ ਕਾਰਨ ਇਹ ਅਧੂਰੇ ਆਦਮੀ ਪੂਰਨਤਾ ਦਾ ਬੋਧ ਨਹੀਂ ਕਰਵਾਉਂਦੇ। ਅਤੇ ਜੇ ਵਿਧਵਾ ਔਰਤ ਮਿਲੇ ਤਾਂ ਸ਼ੁੱਭ ਹੈ, ਵਿਧਵਾ ਖੁਦ ਪਿਛਲੇ ਕਰਮਾਂ ਦਾ ਫਲ ਭੋਗ ਰਹੀ ਹੁੰਦੀ ਹੈ, ਉਹ ਕਿਸੇ ਦਾ ਕੀ ਸਵਾਰੇਗੀ। ਅਤੇ ਜੇ ਕੋਈ ਸ਼ਖਸ ਲੱਕੜਾਂ ਦਾ ਭਾਰ ਚੁੱਕੀ ਪੈੜ ਕੱਟ ਜਾਏ ਤਾਂ ਚੰਗੀ ਗੱਲ ਨਹੀਂ, ਕਿਉਂ ਜੋ ਲੱਕੜਾਂ ਦਾਹ ਸੰਸਕਾਰ ਦੀਆਂ ਸੂਚਕ ਹਨ। ਬ੍ਰਾਹਮਣ ਦੇ ਮੁੱਲਾਂ ਦੀ ਪੈੜ ਵੀ ਸ਼ੁੱਭ ਨਹੀਂ ਮੰਨੀ ਗਈ, ਇਹਨਾਂ 'ਚੋਂ ਕੋਈ ਰਾਹ ਲੰਘੇ ਤਾਂ ਸਮਝੋ ਸਫਲਤਾ ਗ੍ਰਹਿਣੀ ਗਈ। ਮੁੱਲਾਂ ਨੂੰ ਵੇਖ ਕੇ ਤਾਂ ਚਾਚੇ ਲੱਭੇ ਨੂੰ ਹਮੇਸ਼ਾ ਅਖਾਣ ਯਾਦ ਆ ਜਾਂਦਾ, ਮੁੱਲਾਂ ਜੀ ਕਦੇ ਹਰਾਮ ਖਾਧਾ ਜੇ? ਇੱਕੋ ਦਿਨ ਜਦੋਂ ਮੀਂਹ ਵਸਿਆ ਆਇਆ ਤਾਂ ਘਰ ਪਕਾ ਕੇ ਖਾਣੀ ਪਈ ਆਈ। ਮੁੱਲਾਂ ਵਾਸਤੇ ਤਾਂ ਖੈਰਾਤ ਚਾਈਆਂ ਨਿਆਜ਼ਾਂ ਹੀ ਹਲਾਲ ਹਨ ਅਤੇ ਘਰ ਦੀ ਰੋਟੀ ਹਰਾਮ, ਉਹਦਾ ਰਾਹ 'ਚ ਮਿਲਣਾ ਕਿਵੇਂ ਸ਼ੁੱਭ ਹੋ ਸਕਦਾ। ਨਾਨਾ ਜੀ ਤਾਂ ਕਿਹਾ ਕਰਦੇ, ਜਿਹਾ ਉੱਲੂ ਦਾ ਬੋਲ ਮਾੜਾ ਅਤੇ ਹਾਂ ਮੁੱਲਾ ਬਾਹਮਣ ਦਾ ਮਿਲਣਾ ਪੁਆੜਾ। ਪਰ ਇਹਦੇ ਉਲਟ ਗਰਭਵਤੀ ਇਸਤਰੀ ਰਾਹ ਲੰਘੇ ਤਾਂ ਚੰਗਾ ਸ਼ਗਨ ਹੈ, ਉਹ ਬੱਚੇ ਦਾ ਨਿਰਮਾਣ ਕਰ ਰਹੀ ਹੁੰਦੀ ਹੈ। ਸਿਰਜਣਾ ਸ਼ੁੱਭਤਾ ਦੀ ਲਖਾਇਕ ਹੈ। ਵੰਜਲੀ ਵਜਾਉਂਦਾ ਗੱਭਰੂ ਮਿਲੇ ਤਾਂ ਵੀ ਪੈੜ ਚੰਗੀ, ਸੰਗੀਤ ਸਾਰੇ ਬ੍ਰਹਿਮੰਡ ਦੀ ਸ਼ੁੱਭ ਇੱਕ ਸੁਰਤਾ ਵੱਲ ਸੰਕੇਤ ਹੈ। ਪਾਣੀ ਦਾ ਘੜਾ ਚੁੱਕੀ ਤੀਵੀਂ ਖੂਹ ਤੋਂ ਆਉਂਦੀ ਵਿਖਾਈ ਦੇਵੇ ਤਾਂ ਵੀ ਸੁਖਾਵਾਂ ਸ਼ਗਨ ਹੈ। ਕਈ ਵਾਰ ਤਾਂ ਜਲ ਕੁੰਭ ਦਾ ਸ਼ਗਨ ਸਵੇਰ ਵੇਲੇ ਖੁਦ ਵੀ ਸਿਰਜ ਲਿਆ ਜਾਂਦਾ ਹੈ। ਬੱਚੇ ਨੂੰ ਢਾਕੇ ਚੁੱਕੀ ਤੀਵੀਂ ਅੱਗੋਂ ਮਿਲਣੀ ਸ਼ੁੱਭ ਹੈ, ਮਮਤਾ ਹਰੇਕ ਲਈ ਸ਼ੁੱਭ ਚਿੱਤ ਵਧੀ ਹੈ। ਦਲਿਤ ਬੁਹਾਰੀ ਫੜੀ ਮਿਲੇ ਤਾਂ ਅੱਛੀ ਗੱਲ ਹੈ। ਕੁਛ ਵਿਸ਼ਵਾਸ ਮਾਨਵ ਦੀ ਮਾਨਸਿਕ ਅਤੇ ਰਹੱਸਮਈ ਸ਼ਕਤੀ ਨਾਲ ਜੁੜੇ ਹੋਏ ਹਨ। ਕਹਿੰਦੇ ਨੇ ਕਿ ਰੱਬ ਨੇ ਮਨੁੱਖ ਦੇ ਬੁੱਤ ਨੂੰ ਮਿੱਟੀ ਨਾਲ ਸਿਰਜ ਕੇ ਜਦੋਂ ਫੂਕ ਮਾਰੀ ਤਾਂ ਬੁੱਤ ਸੁਰਜੀਤ ਹੋ ਕੇ ਸੰਸਾਰ ਦੀ ਲੀਲਾ 'ਚ ਰੁੱਝ ਗਿਆ। ਰੱਬ ਦੇ ਸਾਹ ਵੀ ਫੂਕ ਬੁੱਤ ਦੇ ਅੰਦਰ ਗਈ ਸੀ, ਇਸ ਲਈ ਉਹਦੀ ਮਿੱਟੀ 'ਚ ਕੁਝ ਦੈਵੀ ਸ਼ਕਤੀ ਸਹਿਜ ਸੁਭਾਅ ਰਚ ਗਈ। ਪਰ ਮਨੁੱਖ ਮਿੱਟੀ ਦਾ ਬਣਿਆ ਹੋਇਆ, ਇਸ ਵਾਸਤੇ ਦੈਵੀ ਸ਼ਕਤੀ ਗ੍ਰਹਿਣੀ ਗਈ ਅਤੇ ਕਦੇ ਸੁੱਚੀ ਅਤੇ ਕਦੇ ਕਾਲੀ ਸ਼ਕਤੀ ਦੇ ਰੂਪ 'ਚ ਪ੍ਰਗਟ ਹੋਈ। ਸੁੱਚੇ ਰੂਪ 'ਚ ਇਹ ਸ਼ਕਤੀ ਆਸ਼ੀਰਵਾਦ ਦੇ ਰੂਪ 'ਚ ਕਲਿਆਣਕਾਰੀ ਹੈ, ਪਰ ਕਾਲੀ ਸ਼ਕਤੀ ਕਈ ਤਰ੍ਹਾਂ ਨਾਲ ਦੂਜੇ ਮਨੁੱਖਾਂ ਨੂੰ ਕਸ਼ਟ ਦਿੰਦੀ ਹੈ। ਇਹਦੇ ਪ੍ਰਮੁੱਖ ਕਾਲੇ ਰੂਪ ਹਨ ਕਲ ਜੀਭ ਨਜ਼ਰ ਅਲਾ ਮਤਲਬ ਬੋਲ ਪਰਛਾਵਾਂ ਭਿੱਟ ਅਤੇ ਨੌਂ ਨਿਸਤ ਆਦਿ। ਜਿਹਦੇ ਮੂੰਹੋਂ ਨਿਕਲੀ ਪੂਰੀ ਬੁਰੀ ਗੱਲ ਪੂਰੀ ਹੋ ਕੇ ਰਹੇ ਉਹਨੂੰ ਕਲ ਜੀਭਾ ਕਹਿੰਦੇ ਹੈ, ਕਲ ਜੀਭੀ ਕਹਿੰਦੇ ਹੈ। ਮਨੁੱਖ ਦੇ ਮੂੰਹੋਂ ਜੋ ਸ਼ਬਦ ਆਵੇਸ਼ ਜਾਂ ਕ੍ਰੋਧ 'ਚ ਨਿਕਲਦੇ ਆ ਉਹ ਚੰਗੇ ਵੀ ਹੋ ਸਕਦੇ ਆ, ਮੰਦੇ ਵੀ। ਚੰਗੇ ਸ਼ਬਦ ਜੇ ਸਿੱਧ ਹੋ ਜਾਣ ਤਾਂ ਇਹ ਵਰਦਾਨ ਬਣਦੇ ਆ ਅਤੇ ਉਚਾਰਨ ਵਾਲੇ ਵਿਅਕਤੀ ਦਾ ਸਮਾਜ 'ਚ ਮਾਣ ਮਰਿਆਦਾ ਵਧਦੀ ਹੈ। ਸਾਧ ਬਚਨ ਅਟਲਾਦਾ ਦਾ ਮਹਾਂਵਾਕ ਇਸੇ ਸਥਿਤੀ ਵੱਲ ਸੰਕੇਤ ਕਰਦਾ। ਪਰ ਜੇ ਕਿਸੇ ਸ਼ਖਸ ਦੇ ਆਖੇ ਮੰਦੇ ਸ਼ਬਦ ਸੱਚੇ ਹੋ ਜਾਣ ਜਾਂ ਕੱਢੀ ਗਾਲ ਅਮਲ 'ਚ ਆ ਜਾਏ ਤਾਂ ਉਸ ਸ਼ਖਸ ਨੂੰ ਕਲਜੀਭਾ ਕਹਿ ਕੇ ਨਿੰਦਿਆ ਜਾਂਦਾ। ਇਹਨੂੰ ਸਮਾਜ ਵਿਰੋਧੀ ਕਰਮ ਮੰਨਿਆ ਗਿਆ। ਸਾਡੇ ਨਾਨਕੇ ਪਿੰਡ ਦੋ ਇੱਕ ਤੀਵੀਆਂ ਅਜਿਹੀਆਂ ਸੀ ਜਿਨ੍ਹਾਂ ਨੂੰ ਕਲਜੀਭੀਆਂ ਕਿਹਾ ਜਾਂਦਾ ਸੀ। ਉਹਨਾਂ ਦੀ ਜੀਭ 'ਤੇ ਆਈ ਹਰ ਭੈੜੀ ਗੱਲ ਆ ਕਰਕੇ ਵਾਪਰਦੀ। ਇੱਕ ਤਾਂ ਸੁਨਿਆਰਿਆਂ ਦੀ ਚੰਬੇਲੀ ਸੀ, ਝਾਟਾ ਖਿਲ ਰਿਹਾ, ਮੂੰਹ 'ਤੇ ਭੈ ਦੇ ਚਿੰਨ੍ਹ ਜੰਮੇ ਹੋਏ। ਜਾਪਦਾ ਜਦੋਂ ਤੋਂ ਪੈਦਾ ਹੋਈ ਉਦੋਂ ਤੋਂ ਡਰੀ ਸਹਿਮੀ ਬੈਠੀ ਹੋਵੇ, ਜਾਂ ਜੰਮਦਿਆਂ ਸਾਰ ਗੁਜ਼ਰ ਗਈ ਸੀ, ਵਿਆਹ ਗਈ ਤਾਂ ਸਹੁਰਾ ਚੱਲ ਵਸਿਆ ਪਿੱਛਲ ਪੈਰੀ, ਬਸ ਸੱਸ ਤੋਂ ਸਹਿਮੀ ਰਹਿੰਦੀ ਅਤੇ ਉਹਦੀ ਫਟਕਾਰ ਸੁਣ ਕੇ ਲੋਹੇ ਵਾਂਗ ਪਥਰਾਈ ਗਈ। ਮਸਾਂ ਦੋ ਕੁੜੀਆਂ ਹੀ ਜੰਮੀਆਂ ਕਿ 54 ਸਾਲਾਂ 'ਚ ਉਹਦਾ ਸੁਹਾਗ ਉੱਜੜ ਗਿਆ। ਆਪਣੀ ਉਮਰ ਨਾਲੋਂ 15-20 ਸਾਲ ਵੱਡੀ ਲੱਗਦੀ ਸੀ। ਲੋਕ ਚੰਬੇਲੀ ਦਾ ਨਾਂ ਕਦੇ ਸਵੇਰ ਵੇਲੇ ਨਹੀਂ ਸੀ ਲੈਂਦੇ, ਮਤਾਂ ਉਸ ਦਿਨ ਕੋਈ ਭਾਣਾ ਨਾ ਵਰਤ ਜਾਏ। ਚੰਬੇਲੀ ਦੀਆਂ ਕਲੀਆਂ ਨੂੰ ਵੀ ਜਨਾਨੀਆਂ ਚੰਪਾ ਕਲੀ ਕਹਿੰਦੀਆਂ।
ਇੱਕ ਵਾਰ ਉਹਦੀ ਛੋਟੀ ਕੁੜੀ ਨੂੰ ਕੋਈ ਮੁੰਡਾ ਕੁਟਾਪਾ ਚਾੜ ਕੇ ਨੱਠ ਗਿਆ। ਚੰਬੇਲੀ ਨੇ ਉਹਨੂੰ ਗਾਲਾਂ ਕੱਢਦਿਆਂ ਕਿਹਾ ਵੀ ਮਰ ਜਾਣੇ ਆ, ਸੁੱਤਾ ਸੌਂ ਵੰਝੇ। ਉਸ ਰਾਤ ਜਦੋਂ ਮੁੰਡਾ ਸੁੱਤਾ, ਸਵੇਰੇ ਮੁੜ ਨਾ ਉੱਠਿਆ। ਰਾਤੀ ਉਹਨੂੰ ਸੱਪ ਸੁੰਘ ਗਿਆ ਸੀ। ਸਵੇਰੇ ਗਲੀ ਦੀਆਂ ਤਰੀਮਤਾਂ ਚੰਬੇਲੀ ਨੂੰ ਲਾਹਣਤਾ ਪਾ ਰਹੀਆਂ ਸੀ, ਕਲਜੀ ਵੀ ਨਾ ਹੋਵੇ ਤਾਂ ਮੁੰਡਿਆਂ ਸੱਪਣੀ ਬਣ ਕੇ ਚੱਟ ਗਈ ਹੈ। ਉਦੋਂ ਤੋਂ ਚੰਬੇਲੀ ਕਲਜੀ ਵੀ ਮਸ਼ਹੂਰ ਹੋ ਗਈ। ਚੰਬੇਲੀ ਵੈਸੇ ਵੀ ਦੁੱਖਾਂ ਨਾਲ ਸੱਲੀ ਪਈ ਸੀ, ਅਤੇ ਜਦੋਂ ਲੋਕਾਂ ਉਹਨੂੰ ਕਲਜੀ ਵੀ ਕਹਿਣਾ ਸ਼ੁਰੂ ਕੀਤਾ ਤਾਂ ਉਹਨੇ ਘਰ 'ਚ ਕਾਲੀ ਮਾਈ ਦੀ ਇੱਕ ਮੂਰਤੀ ਲਿਆ ਰੱਖੀ। ਜੀਭ ਲਹੂ ਨਾਲ ਲਿਬੜੀ ਹੋਈ ਲਮਕਦੀ, ਉਹ ਬੋਰਿਆਂ ਵਾਂਗ ਬੁੜਬੁੜਾਉਂਦੀ ਰਹਿੰਦੀ, ਮੈਂ ਕਲਜੀ ਵੀ ਹਾਂ, ਕਲਜੀ ਵੀ ਇੱਕ ਇੱਕ ਆ ਖਾਈ ਕੇ ਮਰਸਾਂ, ਮੈਂ ਦੁਨੀਆਂ ਨਾਲ ਕੁਝ ਨਹੀਂ ਡਿੱਠਾ, ਲੋਕੋ ਤੁਹਾਨੂੰ ਵੀ ਸੁੱਖ ਚੈਨ ਨਾਲ ਜੀਣ ਨਾ ਦੇਸਾਂ। ਕਲਜੀਬੀ ਦੇ ਸਰਾਪੇ ਬੋਲਾਂ ਤੋਂ ਬਚਣ ਦਾ ਉਪਾਅ ਵੀ ਸੀ। ਉਹਦੇ ਪੈਰਾਂ ਦੀ ਮਿੱਟੀ ਕਲਰਾੜੇ ਬੱਚੇ ਦੇ ਸਿਰ 'ਤੇ ਵਾਰ ਕੇ ਮਿਰਚਾਂ ਸਮੇਤ ਅੱਗ 'ਚ ਤੁਖਾਈ ਜਾਵੇ। ਇਸ ਤਰ੍ਹਾਂ ਕਲਜੀਬੀ ਦਾ ਕੌੜ ਉਤਰ ਜਾਂਦਾ। ਇੱਕ ਵਾਰ ਚੰਬੇਲੀ ਪੇਤਲੇ ਹਨੇਰੇ 'ਚ ਜੰਡੀ ਦੇ ਕੋਲੋਂ ਦੀ ਲੰਘ ਰਹੀ ਸੀ ਕਿ ਜੰਡੀ ਦੇ ਓਹਲਿਓਂ ਗੁਰਦਾਈ ਨੇ ਪੋਲੇ ਜੇ ਪਰਛਾਵੇਂ ਵਾਂਗ ਨਿਕਲ ਕੇ ਬੇਰ ਚੁਣਨ ਦੇ ਬਹਾਨੇ ਉਹਦੇ ਪੈਰਾਂ ਦੀ ਮਿੱਟੀ ਸਮੇਟਣੀ ਸ਼ੁਰੂ ਕਰਤੀ। ਉਹਦੇ ਬੱਚੇ ਨੂੰ ਉਹਨੇ ਘੁਰਖਿਓਂ ਵੇਖਿਆ ਸੀ ਅਤੇ ਬੱਚਾ ਕੱਲ੍ਹ ਦਾ ਸਹਿਮਿਆਂ ਸਿਰ ਸੁੱਟੀ ਪਿਆ ਸੀ। ਚੰਬੇਲੀ ਨੇ ਆਪਣੇ ਪਿੱਛੇ ਕੋਈ ਪਰਛਾਵਾਂ ਹਿਲਦਾ ਵੇਖਿਆ ਅਤੇ ਪਰਤ ਪਈ। ਗੁਰਦਈ ਨੂੰ ਮਿੱਟੀ ਹੋਈਂਦੀ ਵੇਖ ਕੇ ਉਹ ਸਾਰੀ ਗੱਲ ਤਾੜ ਗਈ। ਫਿਰ ਉਹ ਘੁਰਦੀ ਹੋਈ ਗੁਰਦਈ ਵੱਲ ਵੇਖਣ ਲੱਗ ਪਈ ਚੁੱਪ ਚਾਪ, ਇੱਕ ਟੱਕ ਜਿਵੇਂ ਉਹਦੀ ਨਜ਼ਰ ਜੰਮ ਗਈ ਹੋਵੇ। ਗੁਰਦਈ ਡਰ ਨਾਲ ਕੰਬਣ ਲੱਗੀ ਅਤੇ ਉਹਨੇ ਆਪਣੀ ਝੋਲੀ 'ਚੋਂ ਪੈਰਾਂ ਦੀ ਮਿੱਟੀ ਹੇਠਾਂ ਵਗਾਹ ਸੁੱਟੀ। ਚੰਬੇਲੀ ਅੱਗ ਬਬੂਲੀ ਹੋ ਕੇ ਕਹਿਣ ਲੱਗੀ, ਕੁਲੱਛਣੀਏ ਟੂਣੇ ਹਾਰੀਏ, ਦੱਸਾਂ ਤੈਨੂੰ ਸਵਾਦ। ਪਰ ਗੁਰਦਈ ਨੇ ਚੰਬੇਲੀ ਦੇ ਪੈਰ ਫੜ ਲਏ, ਭੈਣੇ ਮਾਫ਼ ਕਰ ਦੇ, ਰੱਬ ਦਾ ਵਾਸਤਾ ਕੁਝ ਮੂੰਹ ਨਾ ਕੱਢੀ। ਅਤੇ ਮੁੜ ਗੁਰਦਈ ਉਹਦੀ ਪੈੜ ਨੇੜਿਓਂ ਕਦੀ ਨਾ ਲੰਘੀ। ਦੂਜਾ ਭਰਮ ਨਜ਼ਰ ਦੇ ਬਾਰੇ ਹੈ। ਜੇ ਬੰਦਾ ਕਿਸੇ ਵੇਲੇ ਸਹਿਜ ਭਾਵ 'ਚ ਵੇਖੇ ਤਾਂ ਨਜ਼ਰ ਦਾ ਕੋਈ ਅਸਰ ਨਹੀਂ ਹੁੰਦਾ, ਪਰ ਜੇ ਉਚੇਚ ਨਾਲ ਵੇਖੇ ਤਾਂ ਅੱਖਾਂ ਟਿੱਕੀਆਂ ਰਹਿ ਜਾਣ ਤਾਂ ਕਹਿੰਦੇ ਨੇ ਨਜ਼ਰ ਉੱਡ ਕੇ ਉਸ ਚੀਜ਼ ਵਸਤ ਵਿੱਚ ਤੀਰ ਵਾਂਗ ਵੱਜਦੀ ਹੈ। ਜਿੱਥੇ ਨਜ਼ਰ ਤੀਰ ਵਾਂਗ ਵੱਜੇ ਉੱਥੇ ਸਭ ਕੁਝ ਨਸ਼ਟ ਹੋ ਜਾਂਦਾ ਹੈ। ਮੰਦੀ ਨਜ਼ਰ ਤਾਂ ਪੱਥਰ ਨੂੰ ਦੁਫਾੜ ਕਰ ਸੁੱਟਦੀ ਹੈ। ਨਜ਼ਰ ਉਤਾਰਨ ਦੇ ਵੀ ਕੁਝ ਉਪਾਅ ਹਨ। ਜਿਹਦੀ ਨਜ਼ਰ ਲੱਗੀ ਹੋਵੇ ਉਹਦੇ ਪੈਰਾਂ ਦੀ ਮਿੱਟੀ ਨਜ਼ਰਾੜੇ ਬੱਚੇ ਤੋਂ ਵਾਰ ਕੇ ਅੱਗ 'ਚ ਸੁੱਟੀ ਜਾਵੇ। ਇਹ ਜਾਣਨ ਲਈ ਕਿ ਨਜ਼ਰ ਕਿਹਦੀ ਲੱਗੀ ਹੈ, ਪਹਿਲਾਂ ਨਜ਼ਰਾੜੇ ਬੱਚੇ ਦੇ ਸਿਰ ਤੋਂ ਫਟਕੜੀ ਵਾਰ ਕੇ ਅੱਗ 'ਚ ਸੁੱਟੀ ਜਾਂਦੀ ਹੈ। ਫੁੱਲ ਹੋਣ 'ਤੇ ਅੱਗ 'ਚੋਂ ਬਾਹਰ ਕੱਢ ਕੇ ਉਹ ਤੋਂ ਬਣੇ ਨੈਣ ਨਕਸ਼ ਤੋਂ ਨਜ਼ਰ ਲਗਾਉਣ ਵਾਲੇ ਸ਼ਖਸ ਨੂੰ ਪਛਾਣਿਆ ਜਾਂਦਾ। ਲੋਕਾਂ ਦਾ ਨਿਸ਼ਚਾ ਹੈ ਕਿ ਨਜ਼ਰਾੜੇ ਬੱਚੇ ਤੋਂ ਵਾਰ ਕੇ ਫੁੱਲ ਕੀਤੀ ਫਟਕੜੀ ਵਿੱਚੋਂ ਨਜ਼ਰ ਲਗਾਉਣ ਵਾਲੀ ਇਸਤਰੀ ਮਰਦ ਦੇ ਨੈਣ ਨਕਸ਼ ਉੱਭਰ ਆਉਂਦੇ ਹੈ। ਜੇ ਫੁੱਲ ਕੀਤੀ ਫਟਕੜੀ 'ਚ ਨੱਕ ਮੋਟਾ ਉੱਭਰਿਆ ਹੋਵੇ ਤਾਂ ਨਾਨੀ ਜੀ ਕਹਿੰਦੇ ਆ, ਆਹ ਮੋਟਾ ਟੋਲਾ ਨੱਕ ਤੱਕੀ ਲੈ, ਇਹਨੂੰ ਤਾਂ ਬਿਮਲਾ ਦੀ ਨਜ਼ਰ ਲੱਗੀ ਹੈ। ਅਤੇ ਜੇ ਨੱਕ ਲੰਮਾ ਪਤਲਾ ਹੁੰਦਾ ਤਾਂ ਸੋਮਾ ਦੇਵੀ ਦੀ ਨਜ਼ਰ ਮੰਨੀ ਜਾਂਦੀ, ਕਿਉਂ ਜੇ ਉਹਦਾ ਨੱਕ ਕਾਫ਼ੀ ਲੰਮਾ ਸੀ। ਫੁੱਲ ਕੀਤੀ ਫਟਕੜੀ 'ਚ ਜੇ ਕੋਈ ਸਾਫ਼ ਨਕਸ਼ ਨਾ ਵੀ ਦਿਸੇ ਤਾਂ ਵੀ ਉਹਦੇ 'ਚੋਂ ਕੋਈ ਨਾ ਕੋਈ ਨਕਸ਼ ਲੱਭ ਕੇ ਮਨ ਭਾਉਂਦੀ ਤਸਵੀਰ ਜੋੜ ਲਈ ਜਾਂਦੀ, ਅਤੇ ਫਿਰ ਗਲੀ ਗੁਆਂਢ 'ਚ ਉਸ ਤੀਵੀਂ ਦੀ ਭੈੜੀ ਨਜ਼ਰ ਦਾ ਢੰਡੋਰਾ ਪਿੱਟਿਆ ਜਾਂਦਾ। ਜਿਹਦੀ ਨਜ਼ਰ ਲੱਗੀ ਹੁੰਦੀ ਉਹਦੇ ਪੈਰਾਂ ਦੀ ਮਿੱਟੀ ਕਿਸੇ ਤਰ੍ਹਾਂ ਉਹਦੀ ਪੈਰ ਤੋਂ ਚੁੱਕ ਕੇ ਨਜ਼ਰਾੜੇ ਬੱਚੇ ਦੇ ਸਿਰ ਤੋਂ ਵਾਰ ਕੇ ਅੱਗ 'ਚ ਸੁੱਟੀ ਜਾਂਦੀ ਤਾਂ ਕਿਧਰੇ ਜਾ ਕੇ ਨਜ਼ਰ ਉਤਰਦੀ। ਨਜ਼ਰ ਸਿਰਫ ਬੱਚਿਆਂ 'ਤੇ ਅਸਰ ਨਹੀਂ ਕਰਦੀ, ਪਸ਼ੂਆਂ ਲਵੇਰਿਆਂ 'ਤੇ, ਘਰ ਦੀਆਂ ਚੀਜ਼ਾਂ, ਖਾਣ ਪੀਣ 'ਤੇ, ਵਰਤਨ ਵਰਤਾਨ ਦੀਆਂ ਚੀਜ਼ਾਂ, ਵਸਤਾਂ ਨੂੰ ਵੀ ਲੱਗਦੀ ਹੈ। ਜੇ ਦੁੱਧ ਨੂੰ ਨਜ਼ਰ ਲੱਗ ਜਾਏ ਤਾਂ ਦੁੱਧ ਫਿੱਟ ਜਾਂਦਾ, ਦਹੀਂ ਨੂੰ ਲੱਗੇ ਉਹ ਪਾਣੀ ਛੱਡ ਜਾਂਦਾ, ਕੱਪੜੇ ਨੂੰ ਲੱਗੇ ਉਹ ਸੁੱਕਣ ਡਾਣਾ ਨਹੀਂ ਰਹਿੰਦਾ, ਅਤੇ ਜਦੋਂ ਕਿਧਰੇ ਮੱਖਣ ਘੱਟ ਚੜ੍ਹੇ ਤਾਂ ਭਾਬੀ ਜੀ ਚਾਟੀ 'ਤੇ ਮਧਾਣੀ ਤੋਂ ਮਿਰਚਾਂ ਵਾਰ ਕੇ ਅਤੇ ਧੂਪ ਤੋਂ ਖਾ ਕੇ ਨਜ਼ਰ ਉਤਾਰਦੇ, ਅਤੇ ਕਈ ਵਾਰੀ ਚਾਟੀ 'ਤੇ ਮਧਾਣੀ ਨਾਲ ਕਾਲਾ ਧਾਗਾ ਬੰਨ੍ਹ ਦਿੰਦੇ ਤਾਂ ਜੋ ਨਜ਼ਰ ਲੱਗੇ ਹੀ ਨਾ। ਤੀਜੀ ਚੀਜ਼ ਬੋਲ ਹੈ, ਉਹਨੂੰ ਸਾਡੇ ਪਿੰਡ ਅਲਾ ਪੈਣਾ ਕਹਿੰਦੇ ਆ। ਕਈ ਸਥਿਤੀਆਂ 'ਚ ਕਿਸੇ ਦੀ ਆਵਾਜ਼ ਦਾ ਵੀ ਸਰੋਤੇ ਉੱਤੇ ਰਹੱਸਮਈ ਪ੍ਰਭਾਵ ਪੈਂਦਾ ਹੈ, ਖਾਸ ਤੌਰ 'ਤੇ ਜਦੋਂ ਦੋ ਤੀਵੀਆਂ ਦਾ ਚਲੀਹਾ ਸਾਂਝਾ ਹੋਵੇ। ਚਲੀਹੇ ਦੇ ਦੌਰਾਨ ਉਹਨਾਂ 'ਚੋਂ ਇੱਕ ਤੀਵੀਂ ਦੂਜੇ ਦੀ ਆਵਾਜ਼ ਸੁਣ ਲਏ ਤਾਂ ਸੁਣਨ ਵਾਲੀ ਦੇ ਬੱਚੇ ਨੂੰ ਰਹੱਸਮਈ ਢੰਗ ਨਾਲ ਨੁਕਸਾਨ ਪਹੁੰਚਦਾ ਹੈ। ਤੀਵੀਂ ਦਾ ਦੁੱਧ ਸੁੱਕ ਜਾਂਦਾ ਹੈ, ਨਵੇਂ ਜੰਮੇ ਬੱਚੇ ਦੇ ਖਾਤੇ ਦੇ ਸੁੱਖ ਭੋਗ ਘੱਟ ਜਾਂਦੇ ਆ, ਅਤੇ ਕਈ ਵਾਰ ਬੱਚਾ ਨਿਰਬਲ ਹੋ ਕੇ ਸੁੱਕਣ ਲੱਗਦਾ ਹੈ। ਇਸ ਵਾਸਤੇ ਸਾਂਝੇ ਚਲੀਹੇ ਵਾਲੀਆਂ ਤੀਵੀਆਂ ਪਹਿਲਾਂ ਹੀ ਕੋਈ ਉਪਾਅ ਕਰ ਲੈਂਦੀਆਂ। ਉਹ ਇੱਕ ਦੂਜੇ ਦੇ ਘਰ ਮਿਸ਼ਰੀ ਦੀ ਠੂਠੀ ਜਾਂ ਗੁੜ ਦੀ ਰੋੜੀ ਭੇਜ ਕੇ ਵਟਾ ਲੈਂਦੀਆਂ। ਇਹਨੂੰ ਮਿੱਠਾ ਵਟਾਉਣਾ ਕਹਿੰਦੇ ਆ, ਅਤੇ ਇਹਦਾ ਭਾਵ ਹੈ ਕਿ ਇੱਕ ਦੂਜੇ ਦੇ ਬੱਚੇ ਵਾਸਤੇ ਮਿੱਠਾ ਚਿਤਵਣਾ ਹੈ। ਇਹ ਇੱਕ ਦੂਜੇ ਪ੍ਰਤੀ ਸਹਾਨੁਭੂਤੀ ਅਤੇ ਸਨੇਹ ਦਾ ਬੌਧਿਕ ਹੈ। ਇਸ ਰੀਤ ਦੇ ਮਗਰੋਂ ਜੇ ਕਿਸੇ ਇੱਕ ਦੇ ਕੰਨਾਂ 'ਚ ਦੂਜੇ ਦੀ ਆਵਾਜ਼ ਵੀ ਪੈ ਜਾਏ ਤਾਂ ਅਲਾਹ ਨਹੀਂ ਪੈਂਦਾ, ਅਤੇ ਜੇ ਸਾਂਝੇ ਚਲੀਏ ਵਾਲੀਆਂ ਦੋ ਤੀਵੀਆਂ ਅਚਾਨਕ ਆਹਮੋ ਸਾਹਮਣੇ ਹੋ ਜਾਣ ਅਤੇ ਉਹਨਾਂ ਦਾ ਮਿੱਠਾ ਵਟਾਉਣ ਦੀ ਰੀਤ ਨਾ ਪੁਗਾਈ ਹੋਵੇ ਤਾਂ ਉਹ ਚੁੱਪ ਚਾਪ ਬਿਨਾਂ ਸਾਹਿਬ ਸਲਾਮਤ ਕੀਤੀਆਂ ਇੱਕ ਦੂਜੇ ਦੇ ਕੋਲੋਂ ਲੰਘ ਜਾਂਦੀਆਂ। ਜੇ ਉਹਨਾਂ 'ਚੋਂ ਇੱਕ ਬੋਲ ਪਏ ਤਾਂ ਦੂਜੀ ਨੂੰ ਅਲਾਹ ਪੈ ਜਾਂਦਾ। ਸਾਡੇ ਨਾਨਕੇ ਪਿੰਡ ਇੱਕ ਕੁੜੀ ਚੁੰਨੀ ਅੱਖਾਂ ਵਾਲੀ ਸੀ, ਅਤੇ ਉਹਦੇ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਲਾਹ ਪੈਣ ਕਰਕੇ ਚੁੰਨੀ ਹੋ ਗਈ, ਨਹੀਂ ਤਾਂ ਜੰਮਣ ਵੇਲੇ ਉਹਦੀਆਂ ਅੱਖਾਂ
ਚੀਤੇ ਵਰਗੀਆਂ ਮੋਟੀਆਂ ਸੀ। ਮਨੁੱਖ ਦੇ ਪਰਛਾਵੇਂ ਦਾ ਵੀ ਅਸਰ ਮੰਨਿਆ ਗਿਆ। ਵਿਚਾਰ ਹੈ ਕਿ ਅਸਲ ਮਨੁੱਖ ਪਰਛਾਵੇਂ 'ਚ ਆਪਣੀ ਪੂਰੀ ਦੈਵੀ ਸ਼ਕਤੀ ਨਾਲ ਵਿਦਮਾਨ ਰਹਿੰਦਾ। ਜਿਸ ਚੀਜ਼ ਉੱਤੇ ਉਹਦਾ ਪਰਛਾਵਾਂ ਪੈ ਜਾਂਦਾ ਉਸ 'ਤੇ ਉਹਦਾ ਰਹੱਸਮਈ ਅਸਰ ਪੈਣਾ ਸਹਿਜ ਹੈ। ਇਹ ਵਿਸ਼ਵਾਸ ਆਮ ਹੈ ਕਿ ਗਰਭਵਤੀ ਦਾ ਪਰਛਾਵਾਂ ਜੇ ਸੱਪ ਉੱਤੇ ਪੈ ਜਾਏ ਸੱਪ ਅੰਨਾ ਹੋ ਕੇ ਨਿਸ਼ਕਿਰਿਆ ਹੋ ਜਾਂਦਾ। ਜੇ ਕਿਸੇ ਤੀਵੀਂ ਦੇ ਬੱਚੇ ਅਠਮਾਏ ਜੰਮਦੇ ਹੋਣ ਜਾਂ ਗਰਭ ਭੰਗ ਹੋ ਜਾਂਦਾ ਹੋਵੇ ਤਾਂ ਉਸ ਤੀਵੀਂ ਦਾ ਪਰਛਾਵਾਂ ਗਰਭਪਾਤ ਦੇ ਦਿਨੀ ਜਿਸ ਔਰਤ 'ਤੇ ਪੈ ਜਾਏ ਉਹਦੀ ਵੀ ਉਹੀ ਅਵਸਥਾ ਹੁੰਦੀ ਹੈ। ਜੇ ਕਿਸੇ ਤੀਵੀਂ ਦਾ ਬੱਚਾ ਦੁੱਧ ਚੁੰਘਦਾ ਚੱਲ ਵਸੇ ਜਦੋਂ ਤੱਕ ਉਸ ਤੀਵੀਂ ਦਾ ਦੁੱਧ ਸੁੱਕਦਾ ਨਹੀਂ ਉਦੋਂ ਤੱਕ ਉਹਦਾ ਪਰਛਾਵਾਂ ਗ੍ਰਹਿਣਿਆ ਹੋਇਆ ਮੰਨਿਆ ਜਾਂਦਾ। ਜਿਸ ਤੀਵੀਂ 'ਤੇ ਉਹਦਾ ਪਰਛਾਵਾਂ ਪੈ ਜਾਏ ਉਹਦਾ ਗਰਭ ਅਤੇ ਦੁੱਧ ਹਰਾ ਭਰਾ ਨਹੀਂ ਰਹਿੰਦਾ। ਅਰਥੀ ਦਾ ਪਰਛਾਵਾਂ ਪੈਣਾ ਵੀ ਮੰਦਾ ਸਮਝਿਆ ਗਿਆ। ਪ੍ਰਾਣੀ ਦੇ ਬਿਮਾਰ ਪੈ ਜਾਣ ਦੀ ਸੰਭਾਵਨਾ ਹੈ। ਭੂਤਾਂ ਪ੍ਰੇਤਾਂ ਦਾ ਸਾਇਆ ਵੀ ਅੱਛਾ ਨਹੀਂ ਹੁੰਦਾ, ਪਕੜ ਹੋ ਜਾਂਦੀ ਹੈ। ਕਈ ਹਾਲਤਾਂ 'ਚ ਤਾਂ ਭੂਤ ਪ੍ਰੇਤ ਉਹਦੀ ਕਾਇਆ ਨੂੰ ਆਪਣਾ ਠਿਕਾਣਾ ਵੀ ਬਣਾ ਲੈਂਦਾ। ਫਿਰ ਸਿਆਣਿਆਂ ਦੇ ਜਾਦੂ ਮੰਤਰ ਅਤੇ ਟੂਣੇ ਟੱਪੇ ਨਾਲ ਭੂਤ ਨੂੰ ਬਾਹਰ ਕਢਵਾਇਆ ਜਾਂਦਾ। ਕੁਝ ਚੀਜ਼ਾਂ ਦਾ ਪਰਛਾਵਾਂ ਚੰਗਾ ਮੰਨਿਆ ਗਿਆ ਹੈ। ਇਸ 'ਚ ਬੀਰ ਭਾਵਨਾ ਜਾਗਦੀ ਹੈ। ਜੇ ਸੁਰਖਾਬ ਦੇ ਪੰਛੀ ਦਾ ਜੇ ਬਾਜ ਦਾ ਪਰਛਾਵਾਂ ਕਿਸੇ ਸ਼ਖਸ 'ਤੇ ਪੈ ਜਾਏ ਤਾਂ ਉਸ ਵਿੱਚ ਬੀਰ ਭਾਵਨਾ ਜਾਗਦੀ ਹੈ ਅਤੇ ਜੇ ਸੁਰਖਾਬ ਦੇ ਪੰਛੀ ਦਾ ਪਰਛਾਵਾਂ ਕਿਸ 'ਤੇ ਪੈ ਜਾਏ ਤਾਂ ਉਹ ਵੱਡਾ ਹਾਕਮ ਜਾਂ ਰਾਜਾ ਬਣਦਾ। ਕੁਛ ਵਿਸ਼ਵਾਸ ਭਿੱਟ ਨਾਲ ਵੀ ਜੁੜੇ ਹੋਏ ਹੈ। ਭਿੱਟ ਕਈ ਤਰ੍ਹਾਂ ਦੀ ਮੰਨੀ ਗਈ ਹੈ। ਜੰਮਣ ਮਰਨ ਦੀ ਭਿੱਟ ਸੂਤਕ ਪਾਤਕ ਹੈ। ਗ੍ਰਹਿਣ ਅਥਵਾ ਗ੍ਰਸੀਆਂ ਕੁਦਰਤੀ ਸ਼ਕਤੀਆਂ ਦੀ ਭਿੱਟ ਵੀ ਚੰਗੀ ਨਹੀਂ ਹੁੰਦੀ। ਭ੍ਰਿਸ਼ਟੇ ਹੋਏ ਕੰਮ ਧੰਦੇ ਨੂੰ ਕਰਨ ਵਾਲੇ ਪ੍ਰਾਣੀ ਦੀ ਭਿੱਟ ਵੀ ਮਾੜੀ ਸਮਝੀ ਜਾਂਦੀ ਹੈ। ਨਿਸ਼ਚੈ ਕਿ ਕਿਸੇ ਸ਼ਖਸ ਦੀ ਭਿੱਟ ਹਾਬਤੇ ਦੁਆਰਾ ਅੱਗੇ ਤੋਂ ਅੱਗੇ ਤੁਰਦੀ ਜਾਂਦੀ ਹੈ, ਜਿਸ ਲਈ ਭਿੱਟੇ ਹੋਏ ਬੰਦੇ ਨੂੰ ਛੂਹਣ ਵਾਲਾ ਜਾਂ ਉਹਦੇ ਛੂਹੇ ਪਦਾਰਥਾਂ ਨੂੰ ਖਾਣ ਵਾਲਾ ਵੀ ਭ੍ਰਿਸ਼ਟ ਜਾਂਦਾ। ਭਿੱਟ ਦਾ ਅਹਿਸਾਸ ਛੋਟੇ ਛੋਟੇ ਬੱਚਿਆਂ ਵਿੱਚ ਵੀ ਹੈ ਅਤੇ ਜਦੋਂ ਖੇਡ ਦੇ ਦੌਰਾਨ ਕਿਸੇ ਬੱਚੇ ਦਾ ਹੱਥ ਪੈਰ ਗੰਦਗੀ ਨਾਲ ਛੂਹ ਜਾਏ ਤਾਂ ਉਹਨੂੰ ਭਿੱਟਿਆ ਜਾਣ ਕੇ ਬਾਕੀ ਬੱਚੇ ਉਹਦੇ ਤੋਂ ਤਰਬਕਦੇ ਹੋਏ ਦੂਰ ਨੱਠਦੇ ਹੈ। ਭਿੱਟਿਆ ਹੋਇਆ ਬੱਚਾ ਦੂਜਿਆਂ ਨੂੰ ਵੀ ਭਿਟਾਉਣ ਦੇ ਵਿਚਾਰ ਨਾਲ ਛੂਹਣਾ ਚਾਹੁੰਦਾ ਹੈ, ਸੋ ਬਾਕੀ ਬੱਚੇ ਆਪਣੀਆਂ ਅੰਗੂਠੇ ਦੇ ਨਾਲ ਵਾਲੀਆਂ ਦੋਵਾਂ ਉਂਗਲਾਂ ਦੀ ਕੈਂਚੀ ਜੀ ਬਣਾ ਕੇ ਇਹ ਤੁਕਾਂ ਉਚਾਰਦੇ ਨੇ, ਅੰਗਲੀ ਪਟੰਗਲੀ ਪਰਾਈ ਭਿੱਟ ਕੋਈ ਨਾ। ਇਸ ਤਰ੍ਹਾਂ ਪਰਾਈ ਭਿੱਟ ਛੋਣ ਨਾਲ ਵੀ ਨਹੀਂ ਲੱਗਦੇ। ਜਾਪਦਾ ਪੁਰਾਣੇ ਵੇਲਿਆਂ 'ਚ ਪਰਾਈ ਭਿੱਟ ਤੋਂ ਬਚਾਓ ਵਾਸਤੇ ਕੋਈ ਕਰਮ ਕਾਂਡ ਕੀਤਾ ਜਾਂਦਾ ਸੀ, ਜਿਹਦੀ ਰਹਿੰਦ ਬੱਚਿਆਂ ਦੀ ਇਹ ਖੇਡ ਹੈ। ਸੂਤਕ ਪਾਤਕ ਦੀ ਭਿੱਟ ਦਾ ਭਰਮ ਸਭ ਘਰਾਂ 'ਚ ਹੈ। ਜਿਸ ਘਰ 'ਚ ਕੋਈ ਬੱਚਾ ਜੰਮਿਆ ਹੋਵੇ ਉਸ ਘਰ ਦੀ ਭਿੱਟ ਆਪੋ ਆਪਣੇ ਰਿਵਾਜ਼ ਮੁਤਾਬਕ 13ਵੇਂ, 17ਵੇਂ, 21ਵੇਂ ਜਾਂ 40ਵੇਂ ਤੱਕ ਮੰਨੀ ਜਾਂਦੀ ਹੈ। ਇਹਨਾਂ ਦਿਨਾਂ 'ਚ ਉਸ ਘਰ ਨਾਲ ਖਾਣ ਪੀਣ ਦਾ ਵਰਤਣ ਵਿਹਾਰ ਨਹੀਂ ਰੱਖਿਆ ਜਾਂਦਾ। ਦਿਨ ਪੁੱਗਣ 'ਤੇ ਘਰ 'ਚ ਗਊ ਅਤੇ ਗੋਹੇ ਦਾ ਪੋਚਾ ਫੇਰ ਕੇ ਅਤੇ ਹਰ ਚੀਜ਼ ਵਸਤ ਧੋ ਮਾਂਜ ਕੇ ਸੂਤਕ ਕੱਢਿਆ ਜਾਂਦਾ। ਮੌਤ ਵਾਲੇ ਘਰ ਦੀ ਭਿੱਟ ਨੂੰ ਪਾਤਕ ਕਹਿੰਦੇ ਨੇ ਅਤੇ ਜੋ ਕਿਰਿਆ ਕਰਮ ਤੱਕ ਰਹਿੰਦੀ ਹੈ। ਪਹਿਲਿਆਂ 'ਚ ਪਾਤਕ ਵਾਲੇ ਘਰੋਂ ਪਰਤ ਕੇ ਇਸ਼ਨਾਨ ਕਰਨਾ ਲਾਜ਼ਮੀ ਹੁੰਦਾ ਸੀ। ਗ੍ਰਹਿਣ ਵੇਲੇ ਸੂਰਜ ਚੰਨ ਦਾ ਪਰਛਾਵਾਂ ਧਰਤੀ 'ਤੇ ਪੈਂਦਾ, ਜਿਸ ਨਾਲ ਧਰਤੀ ਦੀ ਹਰ ਚੀਜ਼ ਵਸਤ ਭਿੱਟ ਜਾਂਦੀ ਹੈ ਮੰਨਦੇ ਹੈ। ਕਈ ਲੋਕ ਭਿੱਟ ਤੋਂ ਰੱਖਿਆ ਲਈ ਤੁਲਸੀ ਦਾ ਪੱਤਾ ਖਾਦ ਪਦਾਰਥਾਂ 'ਚ ਰੱਖ ਦਿੰਦੇ ਹੈ। ਭ੍ਰਿਸ਼ਟੇ ਹੋਏ ਕੰਮ ਕਰਨ ਵਾਲੇ ਬੰਦਿਆਂ ਦੀ ਭਿੱਟ ਦਾ ਵਿਚਾਰ ਵੀ ਪ੍ਰਚਲਿਤ ਹੈ। ਇਹ ਭਿੱਟ ਜਨਮ ਜਾਤ ਦੀ ਹੈ, ਜਿਵੇਂ ਦਲਿਤ, ਮੁਸੱਲੀ ਅਤੇ ਨੀਵੇਂ ਧੰਦੇ ਕਰਨ ਵਾਲੇ ਕੰਮੀ ਕਮੀਣ। ਸਨਾਤਨੀ ਹਿੰਦੂਆਂ ਵਿੱਚ ਜੇ ਕੋਈ ਨੀਵੀਂ ਜਾਤ ਦਾ ਪ੍ਰਾਣੀ ਖਾਦ ਪਦਾਰਥ ਨੂੰ ਛੂਹ ਜਾਏ ਉਹ ਚੀਜ਼ ਵਸਤ ਭਿੱਟ ਗਈ ਜਾਣ ਕੇ ਦਾਨ ਕਰ ਦਿੱਤੀ ਜਾਂਦੀ ਹੈ। ਕੁਝ ਵਿਸ਼ਵਾਸ ਅੰਕਾਂ ਬਾਰੇ ਹੈ। ਪੰਜ ਅੰਕ ਬੜਾ ਸ਼ੁਭ ਹੈ, ਪੰਜਾਂ ਵਿੱਚ ਪਰਮੇਸ਼ਰ ਹੁੰਦਾ ਹੈ, ਪਰ 3 ਦਾ ਅੰਕ ਅਸ਼ੁਭ ਹੈ, 3 ਰਲਿਆ ਕੰਮ ਗਲਿਆ, 7 ਦਾ ਅੰਕ ਸ਼ੁਭ ਮੰਨਿਆ ਗਿਆ। ਕੁਝ ਭਰਮ ਅੰਗਾਂ ਨਾਲ ਹੀ ਜੁੜੇ ਹੈ, ਜੇ ਮਰਦ ਦੀ ਸੱਜੀ ਅੱਖ ਫਰਕੇ ਚੰਗੀ, ਖੱਬੀ ਫਰਕੇ ਮਾੜੀ, ਔਰਤ ਦੀ ਸਥਿਤੀ ਇਹਦੇ ਉਲਟ ਹੈ। ਲੋਕ ਵਿਸ਼ਵਾਸਾਂ ਦੀ ਕੋਈ ਸੀਮਾ ਨਹੀਂ ਹੈ, ਸਾਰੇ ਜੀਵਨ 'ਚ ਪੂਰੀ ਤਰ੍ਹਾਂ ਹੱਥ ਪਸਾਰ ਕੇ ਫੈਲੇ ਹੋਏ ਹੈ। ਜਿੰਨੇ ਗਿਣੋ ਓਨੇ ਥੋੜ੍ਹੇ। ਧੰਨਵਾਦ।